ਬਦਲਣ ਲੱਗਾ ਜਦੋਂ ਅਸੀਂ ਯਸਮਸੀ ਦੇ ਵਿੱਚ ਪਹਿਲਾ ਕਦਮ ਅਸੀਂ ਯਸਮਸੀ ਦੇ ਵਿਸ਼ਵਾਸ ਵਿੱਚ ਰੱਖਿਆ ਕਿ ਅਸੀਂ ਹਾਂ ਤੈਨੂੰ ਮੰਨਦੇ ਹਾਂ ਉਦੋਂ ਚੀਜ਼ਾਂ ਬਦਲਣ ਸਟਾਰਟ ਹੋ ਗਈਆਂ ਦੈਟ ਵਾਸ ਅ ਫਸਟ ਸਟੈਪ ਆਫ ਆਸਕਿੰਗ ਹਿਮ ਟੂ ਕਮ ਇਨਟੂ ਆਵਰ ਲਾਈਵਸ ਐਂਡ ਟੂ ਬੀ ਆਵਰ ਲਾਰਡ ਐਂਡ ਆਵਰ ਸੇਵੀਅਰ ਉਹੀ ਇੱਕ ਪਹਿਲਾ ਸਟੈਪ ਸੀਗਾ ਉਹੀ ਇੱਕ ਪਹਿਲਾ ਪੈਰ ਸੀਗਾ ਜਿਹੜਾ ਅਸੀਂ ਚੱਕਿਆ ਅਸੀਂ ਖੁਦਾਵੰਦ ਨੂੰ ਕਿਹਾ ਕਿ ਖੁਦਾਵੰਦ ਤੂੰ ਸਾਡੀ ਜ਼ਿੰਦਗੀ ਦੇ ਵਿੱਚ ਆ ਤੂੰ ਸਾਡੀ ਜ਼ਿੰਦਗੀ ਦੇ ਦਾ ਮਾਲਿਕ ਬਣ ਗਿਆ ਐਂਡ ਮਾਈ ਫਾਦਰ ਸਟਾਰਟਡ ਗੈਟਿੰਗ ਬੈਟਰ ਤੇ ਅਸੀਂ ਦੇਖਿਆ ਜਦੋਂ ਅਸੀਂ ਯਸੂਸੀ ਨੂੰ ਕਬੂਲ ਕੀਤਾ ਮੇਰਾ ਜਿਹੜਾ ਬਾਪ ਆ ਜਿਹੜਾ ਮੇਰਾ ਪਿਤਾ ਆ ਉਹ ਬਦਲਣ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਦਾ ਪਹਿਲਾਂ ਸੀ ਉਸ ਤਰ੍ਹਾਂ ਦਾ ਹੋਣਾ ਸਟਾਰਟ ਹੋ ਗਿਆ ਮਾਈ ਫਾਦਰ ਹੈਡ ਅਨਦਰ 25 ਈਅਰਸ ਆਫ ਲਾਈਫ ਉੱਥੇ ਉਸ ਤੋਂ ਬਾਅਦ ਜਦੋਂ ਅਸੀਂ ਖੁਦਾਵੰਦ ਦੇ ਵਿੱਚ ਆਏ 25 ਸਾਲ ਹੋਰ ਉਹਨਾਂ ਦੀ ਉਮਰ ਵੱਧ ਗਈ ਇਫ ਵੀ ਡਿਡਨਟ ਇਫ ਵੀ ਹੈਡ ਨਾਟ ਟੂ ਫਾਈਂਡ ਜੀਸਸ ਯੂ ਵਿਲ ਹੈਵ ਨਾਟ ਹੈਡ ਦੋਸ ਐਕਸਟਰਾ 25 ਈਅਰਸ ਅਗਰ ਅਸੀਂ ਯਿਸੂ ਮਸੀਹ ਨੂੰ ਨਾ ਲੱਭਦੇ ਜਾਂ ਨਾ ਕਬੂਲ ਕਰਦੇ ਉਸ ਵਕਤ ਤਾਂ ਮੈਨੂੰ ਲੱਗਦਾ ਸੀ ਕਿ ਮੇਰੇ ਬਾਪ ਨੇ ਬਚਣਾ ਨਹੀਂ ਸੀ ਅਤੇ ਨਾ ਹੀ ਹੋਰ 25 ਸਾਲ ਸਾਡੇ ਨਾਲ ਜੀਣਾ ਸੀ ਕਿਉਂਕਿ ਉਹਨਾਂ ਦੀ ਹਾਲਤ ਬਿਲਕੁਲ ਖਰਾਬ ਹੋ ਗਈ ਸੀ ਸੈਡਲੀ ਹੀ ਵੈਂਟ ਟੂ ਬੀ ਵਿਦ ਦ ਲਾਰਡ ਇਨ 2012 2012 ਦੇ ਵਿੱਚ ਇੱਕ ਗਮਨਾਕ ਤਰੀਕੇ ਨਾਲ ਉਹਨਾਂ ਦੀ ਮੌਤ ਹੋ ਗਈ ਬਟ ਹੀ ਇੰਜੋਇਡ ਦ ਫੇਵਰ ਆਫ ਗੋਡ ਲੇਕਿਨ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਖੁਦਾ ਨੂੰ ਜ਼ਰੂਰ ਦੇਖਿਆ ਐਂਡ ਦ ਐਨੀਮੀ ਵਾਂਟਸ ਟੂ ਕਮ ਟੂ ਸਟੀਲ ਕਿਲ ਐਂਡ ਡਿਸਟਰੋਏ ਜਿਹੜਾ ਵਿਰੋਧੀ ਆ ਜਿਹੜਾ ਸ਼ੈਤਾਨ ਆ ਉਹ ਸਿਰਫ ਲੋਕਾਂ ਨੂੰ ਪਾੜ ਖਾਣ ਦੇ ਵਾਸਤੇ ਅਤੇ ਲੋਕਾਂ ਦਾ ਨੁਕਸਾਨ ਕਰਨ ਦੇ ਵਾਸਤੇ ਆਉਂਦਾ ਬਟ ਗੋਡ ਜੀਸਸ ਹੈਸ ਕਮ ਟੂ ਗਿਵ ਅਸ ਪੀਸ ਜੋਏ ਹੈਪੀਨੈਸ ਪਰ ਯਿਸੂ ਮਸੀਹ ਇਸ ਕਰਕੇ ਆਏ ਕਿ ਸਾਨੂੰ ਜ਼ਿੰਦਗੀ ਦੇਵੇ ਬਲਕਿ ਬਹੁਤਾਇਤ ਦੀ ਜ਼ਿੰਦਗੀ ਦੇਵੇ ਟੂਡੇ ਯੂ ਮਾਈਟ ਹੈਵ ਕਮ ਟੂ ਦਿਸ ਪਲੇਸ ਵਿਦ ਲੋਟਸ ਆਫ ਬਰਡਨਸ ਸ਼ਾਇਦ ਇਹ ਹੋ ਸਕਦਾ ਕਿ ਜਿੰਨੇ ਵੀ ਲੋਕ ਤੁਸੀਂ ਇੱਥੇ ਬੈਠੇ ਹੋ ਅੱਜ ਇਸ ਆਸ ਦੇ ਨਾਲ ਆਏ ਹਾਂ ਬਹੁਤ ਆਪਣਾ ਭਾਰ ਚੁੱਕੇ ਆਏ ਹਾਂ ਕਿ ਅਸੀਂ ਬਹੁਤ ਦੱਬੇ ਕੁਚਲੇ ਹੋਏ ਹਾਂ ਜਾਂ ਸਾਡੇ ਕੋਈ ਸੁਣਦਾ ਨਹੀਂ ਆ ਸਾਨੂੰ ਪਤਾ ਨਹੀਂ ਸਾਡੀ ਜ਼ਿੰਦਗੀ ਵਿੱਚ ਕਰਨਾ ਕੀ ਆ ਮੇ ਬੀ ਅ ਬਰਡਨ ਆਫ ਸਿਕਨੈਸ ਮੇ ਬੀ ਤੁਹਾਡੇ ਉੱਤੇ ਭਾਰ ਆ ਕਿ ਤੁਸੀਂ ਬਿਮਾਰ ਹੋ ਜਾਂ ਕੋਈ ਚੀਜ਼ ਹੈ ਬਰਡਨ ਆਫ ਦ ਫਿਊਚਰ ਆਫ ਯੋਰ ਚਿਲਡਰਨ ਮੇ ਬੀ ਤੁਹਾਡੇ ਦਿਲ ਦੇ ਉੱਤੇ ਭਾਰ ਹੈ ਕਿ ਸਾਡੇ ਬੱਚਿਆਂ ਦਾ ਕੀ ਬਣੇਗਾ ਮੇ ਬੀ ਅ ਬਰਡਨ ਆਫ ਨੋਟ ਨੋਇੰਗ ਵੇਅਰ ਯੂ ਵਿਲ ਗੋ ਵੈਨ ਯੂ ਡਾਈ ਮੇ ਬੀ ਇਹ ਵੀ ਹੋ ਸਕਦਾ ਹੈ ਖੁਦਾ ਦਾ ਦਾਸ ਕਹਿ ਰਿਹਾ ਕਿ ਤੁਹਾਡੇ ਦਿਲ ਵਿੱਚ ਇਹ ਵੀ ਸਵਾਲ ਹੋਏਗਾ ਕਿ ਹੁਣ ਅਸੀਂ ਜਿਉਂਦੇ ਹਾਂ ਜੇ ਅਸੀਂ ਮਰ ਕੇ ਇਸ ਤੋਂ ਬਾਅਦ ਕੀ ਹੋਊਗਾ ਕਿ ਅਸੀਂ ਦੁਬਾਰਾ ਜਿਉਂਦੇ ਹੋਵਾਂਗੇ ਜਾਂ ਅਸੀਂ ਮਰ ਕੇ ਹਮੇਸ਼ਾ ਲਈ ਮਰ ਜਾਵਾਂਗੇ ਆਲ ਦ ਲਾਈਫਸ ਕੁਐਸਚਨਸ ਦੀ ਆਨਸਰਸ ਆਰ ਇਨ ਹੇਅਰ ਜਿੰਨੇ ਵੀ ਜ਼ਿੰਦਗੀ ਅਤੇ ਮੌਤ ਦੇ ਕੁਐਸਚਨਸ ਆ ਖਾਸ ਕਰਕੇ ਜ਼ਿੰਦਗੀ ਦੇ ਉਹਨਾਂ ਸਾਰਿਆਂ ਦੇ ਸਵਾਲ ਆ ਉਹਨਾਂ ਦੇ ਸਾਰਿਆਂ ਦੇ ਜਵਾਬ ਇਹਦੇ ਵਿੱਚ ਹੈ ਬਾਈਬਲ ਦੇ ਵਿੱਚ ਐਂਡ ਦਿਸ ਇਜ਼ ਅ ਫੈਸੀਨੇਟਿੰਗ ਬੁੱਕ ਤੇ ਇੱਕ ਬਹੁਤ ਹੀ ਸੁੰਦਰ ਅਤੇ ਬਿਊਟੀਫੁਲ ਅਤੇ ਸੁਸ਼ੀਲ ਕਿਤਾਬ ਹੈ ਦਿਸ ਇਜ਼ ਦ ਬੈਸਟ ਸੈਲਰ ਐਵਰੀ ਈਅਰ ਦਿਸ ਇਜ਼ ਦ ਬੈਸਟ ਸੈਲਰ ਇਹ ਦੁਨੀਆ ਦੇ ਵਿੱਚ ਅਸੀਂ ਸਾਰੇ ਜਾਣਦੇ ਆ ਸਭ ਤੋਂ ਜ਼ਿਆਦਾ ਵਿਕਣ ਵਾਲੀ ਤੇ ਸਭ ਤੋਂ ਜ਼ਿਆਦਾ ਖਰੀਦੀ ਜਾਣ ਵਾਲੀ ਬੁੱਕ ਹੈ ਪੂਰੀ ਦੁਨੀਆ ਦੇ ਵਿੱਚ ਦੇਰ ਇਜ਼ ਨੋ ਬੁੱਕ ਇਨ ਦ ਵਰਲਡ ਦੈਟ ਚੇਂਜਸ ਲਾਈਵਸ ਦੈਨ ਦ ਬਾਈਬਲ ਕੋਈ ਵੀ ਇਸ ਤਰ੍ਹਾਂ ਦੀ ਕਿਤਾਬ ਨਹੀਂ ਹੈ ਕਿ ਜਿਹੜੀ ਜ਼ਿੰਦਗੀ ਚੇਂਜ ਕਰ ਦੇਵੇ ਲੋਕਾਂ ਦੀ ਸਿਰਫ ਬਾਈਬਲ ਹੈ ਜਿਹਨੂੰ ਪੜ੍ਹ ਕੇ ਦੁਨੀਆ ਦੇ ਲੱਖਾਂ ਤੇ ਕਰੋੜਾਂ ਲੋਕ ਆਪਣੀ ਜ਼ਿੰਦਗੀਆਂ ਨੂੰ ਬਦਲ ਰਹੇ ਨੇ ਵੈਨ ਯੂ ਰੀਡ ਦਿਸ ਬੁੱਕ ਇਟ ਗਿਵਸ ਯੂ ਲਾਈਫ ਜਦੋਂ ਤੁਸੀਂ ਇਸ ਕਿਤਾਬ ਨੂੰ ਪੜ੍ਹਦੇ ਹੋ ਤੁਹਾਨੂੰ ਜ਼ਿੰਦਗੀ ਪ੍ਰਾਪਤ ਸ਼ੁਰੂ ਹੋਣ ਲੱਗ ਪੈਂਦੀ ਸੋ ਮਾਈ ਐਨਕਰੇਜਮੈਂਟ ਫਾਰ ਯੂ ਇਜ਼ ਇਫ ਯੂ ਡੋਨਟ ਹੈਵ ਅ ਬਾਈਬਲ ਸਮਹਾਉ ਗੈਟ ਅ ਪੰਜਾਬੀ ਬਾਈਬਲ ਮੈਂ ਸਟਾਰਟ ਰੀਡਿੰਗ ਇਟ ਮੈਂ ਤੁਹਾਨੂੰ ਸਿਰਫ ਇਹ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਕੋਲ ਬਾਈਬਲ ਨਹੀਂ ਆ ਤਾਂ ਕਿਰਪਾ ਕਰਕੇ ਕਿਤੇ ਨਾ ਕਿਤੇ ਹੋ ਬਾਈਬਲ ਅਰੇਂਜ ਕਰੋ ਆਪਣੇ ਵਾਸਤੇ ਪੰਜਾਬੀ ਦੇ ਵਿੱਚ ਜਿਹੜੀ ਵੀ ਲੈਂਗੁਏਜ ਤੁਸੀਂ ਪੜ੍ਹਦੇ ਆ ਉਹਨੂੰ ਪੜ੍ਹਨਾ ਸਟਾਰਟ ਕਰੋ ਦ ਟਰੂਥਸ ਆਫ ਗੋਡ ਆਰ ਇਨ ਹੇਅਰ ਜਿਹੜੇ ਖੁਦਾਵੰਦ ਵਾਸਤੇ ਜਿਹੜੇ ਰੱਬ ਦੇ ਜਿਹੜੇ ਸੱਚਾਈ ਆ ਉਹ ਸਾਰੀ ਇਹਦੇ ਵਿੱਚ ਲਿਖੀ ਹੋਈ ਹੈ ਬਾਈਬਲ ਦੇ ਵਿੱਚ ਦ ਥਿੰਗਸ ਦੈਟ ਵੀ ਨੀਡ ਫਾਰ ਆਰ ਲਾਈਫ ਆਰ ਇਨ ਹੇਅਰ ਜਿੰਨੀਆਂ ਵੀ ਸੱਚਾਈ ਸਾਨੂੰ ਆਪਣੀ ਜ਼ਿੰਦਗੀ ਬਾਰੇ ਜਾਣਨੀ ਆ ਉਹ ਸਾਰੇ ਇੱਕ ਦਾ ਜਵਾਬ ਸਵਾਲ ਇਹਦੇ ਵਿੱਚ ਦਿੱਤਾ ਗਿਆ ਹਾਲੇਲੂਇਆ ਹਾਲੇਲੂਇਆ ਆਈ ਵਾਂਟ ਟੂ ਸ਼ੇਅਰ ਅ ਸਟੋਰੀ ਫਰੋਮ ਦ ਬਾਈਬਲ ਮੈਂ ਇੱਕ ਸਟੋਰੀ ਸ਼ੇਅਰ ਕਰਨਾ ਚਾਹੁੰਦਾ ਤਾਂ ਤੁਹਾਡੇ ਨਾਲ ਇਸ ਬਾਈਬਲ ਦੇ ਵਿੱਚੋਂ ਐਂਡ ਇਟਸ ਇਨ ਲੂਕ ਚੈਪਟਰ 4 ਇਹ ਲੂਕਾ ਦੀ ਕਿਤਾਬ ਦੇ ਵਿੱਚ ਆ ਚੌਥੇ ਅਧਿਆਇ ਦੇ ਵਿੱਚ ਲੂਕ ਚੈਪਟਰ 4 ਲੂਕਾ ਦੀ ਕਿਤਾਬ ਵੈਰੀ ਬਿਊਟੀਫੁਲ ਸਟੋਰੀ ਲੂਕਾ 4 ਬਾਪ ਲੂਕਾ ਦੇ 4 ਲੂਕ 4 ਯਾ ਇਟਸ ਫਰੋਮ ਵਰਸ 33 ਟੂ 36 ਲੂਕਾ 4 33 ਤੋਂ 36 ਤੱਕ ਲੂਕਾ 4 ਬਾਪ ਜਿਹੜੀ ਤੁਸੀਂ ਰੀਡ ਕੀਤੀ ਯਾ ਸੋ ਤੇ ਜਿਹੜੀ ਆਮਰੀ ਕੈਨ ਰੀਡ ਇਨ ਪੰਜਾਬੀ ਸਮਾਜ ਵਿੱਚ ਇੱਕ ਮਿੰਟ ਧਿਆਨ ਦਿਓ ਕੋਈ ਨਹੀਂ ਜੇ ਨਹੀਂ ਲੱਭਾ ਤਾਂ ਆਪਾਂ ਨੂੰ ਸੁਣਨਾ ਜ਼ਿਆਦਾ ਜ਼ਰੂਰੀ ਹੈ ਸਮਾਜ ਵਿੱਚ ਇੱਕ ਮਨੁੱਖ ਸੀ ਜਿਹਨੂੰ ਭ੍ਰਿਸ਼ਟ ਭੂਤ ਦਾ ਆਤਮਾ ਚਿੰਬੜਿਆ ਹੋਇਆ ਸੀ ਅਤੇ ਉਹ ਉੱਚੀ ਆਵਾਜ਼ ਨਾਲ ਬੋਲਿਆ ਹਾਏ ਯਿਸੂ ਨਾਸਰੀ ਤੇਰਾ ਸਾਡੇ ਨਾਲ ਕੀ ਕੰਮ ਕੀ ਤੂੰ ਸਾਡਾ ਨਾਸ਼ ਕਰਨ ਆਇਆ ਹੈ ਮੈਂ ਤੈਨੂੰ ਜਾਣਦਾ ਹਾਂ ਜੋ ਤੂੰ ਕੌਣ ਹੈ ਤੂੰ ਪਰਮੇਸ਼ਵਰ ਦਾ ਪਵਿੱਤਰ ਪੁਰਖ ਹੈ ਤਾਂ ਯਿਸੂ ਨੇ ਉਸ ਨੂੰ ਵਰਜ ਕੇ ਕਿਹਾ ਚੁੱਪ ਕਰ ਅਤੇ ਇਸ ਵਿੱਚੋਂ ਨਿਕਲ ਜਾ ਸੋ ਉਹ ਭੂਤ ਉਸ ਤੋਂ ਉਸ ਨੂੰ ਵਿਚਕਾਰ ਪਟਕ ਕੇ ਬਿਨਾਂ ਸੱਟ ਲਾਏ ਉਸਦੇ ਅੰਦਰੋਂ ਨਿਕਲ ਗਿਆ
ਅਤੇ ਸਾਰੇ ਹੈਰਾਨ ਹੋਏ ਅਤੇ ਆਪਸ ਵਿੱਚ ਗੱਲਾਂ ਕਰਕੇ ਇੱਕ ਦੂਜੇ ਨੂੰ ਕਹਿਣ ਲੱਗੇ, ਭਾਈ ਇਹ ਕੀ ਗੱਲ ਹੈ? ਕਿਉਂ ਜੋ ਉਹ ਇਖਤਿਆਰ ਅਤੇ ਸਮਰੱਥਾ ਨਾਲ ਭ੍ਰਿਸ਼ਟ ਆਤਮਿਆਂ ਨੂੰ ਹੁਕਮ ਦਿੰਦਾ ਹੈ ਅਤੇ ਉਹ ਨਿਕਲ ਜਾਂਦੇ ਹਨ. ਹਾਲੇਲੂਯਾ. ਦਿਸ ਇਜ਼ ਅ ਸਟੋਰੀ ਵੇਅਰ ਈਵਲ ਐਂਡ ਗੁੱਡ ਆਰ ਫੇਸਡ ਫੇਸਿੰਗ ਈਚ ਅਦਰ. ਇਹ ਇੱਕ ਉਹ ਵਾਲੀ ਸਟੋਰੀ ਇਹਦੇ ਵਿੱਚ ਬਾਈਬਲ 'ਚ ਲਿਖੀ ਹੋਈ ਖੁਦਾਵਨੀ ਯਿਸੂ ਮਸੀਹ ਦੀ ਜ਼ਿੰਦਗੀ ਦੀ, ਜਿੱਥੋਂ ਸ਼ੈਤਾਨ ਅਤੇ ਰੱਬ ਇੱਕ ਦੂਸਰੇ ਨਾਲ ਫੇਸ ਟੂ ਫੇਸ ਉਹਨਾਂ ਦਾ ਹੋ ਗਿਆ. ਦੈਟ ਇਜ਼ ਅ ਬੈਟਲ ਹੇਅਰ. ਇੱਥੇ ਇੱਕ ਜੰਗ ਚੱਲਣ ਲੱਗ ਪਈ ਸੀ ਉਹਨਾਂ ਦੇ ਵਿੱਚ ਆਪਸ 'ਚ. ਮੇਰੇ ਖਿਆਲ ਦੇ ਨਾਲ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ ਕਿ ਜ਼ਿੰਦਗੀ ਦੇ ਵਿੱਚ ਸਾਨੂੰ ਸੰਘਰਸ਼ ਕਰਨਾ ਪੈਂਦਾ. Now you must realize that this man was in the synagogue. ਤੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਜਿਹੜਾ ਇਨਸਾਨ ਆ, ਇਹ ਜਿਹੜਾ ਜਿਹਨੂੰ ਭੂਤ ਚਿੰਬੜੇ ਹੋਏ ਸੀ, ਇੱਕ ਕੀ ਕਹਿੰਦੇ ਆ ਜੂਇਸ਼ ਲੋਕਾਂ ਦੀ ਜਿਹੜੀ ਮਸਜਿਦ ਹੁੰਦੀ ਆ ਉਹਨਾਂ ਦੇ ਵਿੱਚ ਸੀ. It's a house of God, in other words. House of God. It's ਉਹ ਖੁਦਾ ਦੇ ਘਰ ਵਿੱਚ ਰਹਿੰਦਾ ਹੁੰਦਾ ਸੀਗਾ. And this man was in the house of God. ਅਤੇ ਇਹ ਉੱਥੇ ਰਹਿੰਦਾ ਹੁੰਦਾ ਸੀ ਖੁਦਾ ਦੇ ਘਰ ਦੇ ਵਿੱਚ. And in the house of God, he was manifesting the demonic side of him. ਤੇ ਉਹ ਯਿਸੂ ਮਸੀਹ ਦੇ he was manifesting his demonic side in the house of God, because he was in the synagogue. ਉਹ ਰੱਬ ਦੇ ਘਰ ਦੇ ਵਿੱਚ ਰਹਿੰਦਾ ਹੋਇਆ ਵੀ ਉਹਦੇ ਵਿੱਚੋਂ ਭ੍ਰਿਸ਼ਟ ਆਤਮਾ ਨਿਕਲਦੀਆਂ ਹੁੰਦੀਆਂ ਸੀ. And he cried out with a loud voice, the Bible says. ਤੇ ਬਾਈਬਲ ਵਿੱਚ ਲਿਖਿਆ ਕਿ ਉਹ ਜ਼ੋਰ ਦੀ ਨਾਲ ਚਿਲਾਇਆ. And he saw Jesus. ਜਦੋਂ ਉਹਨੇ ਯਿਸੂ ਮਸੀਹ ਨੂੰ ਦੇਖਿਆ ਉਹ ਜ਼ੋਰ ਦੀ ਨਾਲ ਚਿਲਾਇਆ. I must tell you that the man did not recognize Jesus, but the spirit in him recognized Jesus's authority. ਪਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਉਸ ਇਨਸਾਨ ਨੇ ਯਿਸੂ ਮਸੀਹ ਨੂੰ ਨਹੀਂ ਪਛਾਣਿਆ, ਪਰ ਜਿਹੜੀਆਂ ਉਹਦੇ ਵਿੱਚ ਆਤਮਾਵਾਂ ਸੀਗੀਆਂ, ਜਿਹੜੀ ਉਹਦੀ ਸਪਿਰਿਟ ਸੀਗੀ ਅੰਦਰ, ਉਹਨੇ ਯਿਸੂ ਮਸੀਹ ਨੂੰ ਪਛਾਣ ਲਿਆ ਕਿ ਇਹ ਕੌਣ ਹੈ. And he said to him, what have you to do with us? ਤੇ ਉਹ ਯਿਸੂ ਮਸੀਹ ਨੂੰ ਕਹਿਣ ਲੱਗਾ ਕਿ ਤੇਰਾ ਸਾਡੇ ਨਾਲ ਕੀ ਕੰਮ ਹੈ. Can you see here that he is saying, what do you have to do with us? ਕੀ ਤੁਸੀਂ ਇਹ ਸੁਣ ਰਹੇ ਹੋ ਧਿਆਨ ਦੇ ਨਾਲ ਕਿ ਉਹ ਕੀ ਕਹਿ ਰਿਹਾ? ਉਹ ਯਿਸੂ ਮਸੀਹ ਨੂੰ ਕਹਿ ਰਿਹਾ ਕਿ ਤੇਰਾ ਸਾਡੇ ਨਾਲ ਕੀ ਕੰਮ ਹੈ. ਸੋ ਹੂ ਇਜ਼ ਦਿਸ ਮੈਨ ਟਾਕਿੰਗ ਅਬਾਊਟ? ਇਹ ਜਿਹੜਾ ਇਨਸਾਨ ਆ ਜਿਹਨੂੰ ਭੂਤ ਚਿੰਬੜੇ ਆ, ਇਹ ਕਿਹਦੀ ਗੱਲ ਕਰਦਾ ਪਿਆ? If I had to say to you, what do you have to do with me? Then it's me who is talking. ਜੇ ਮੈਂ ਤੁਹਾਨੂੰ ਕਹਾਂ ਕਿ ਤੁਹਾਡਾ ਮੇਰੇ ਨਾਲ ਕੰਮ ਕੀ ਹੈ, ਇਹਦਾ ਮਤਲਬ ਇਹ ਹੈ ਕਿ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ. But here it says, what have you got to do with us? ਪਰ ਇਹਦੇ ਵਿੱਚ ਕਹਿ ਰਿਹਾ ਹੈ ਕਿ ਤੂੰ ਤੁਹਾਨੂੰ ਸਾਡੇ ਨਾਲ ਕੀ ਕੰਮ ਹੈ. ਸੋ ਉਹ ਮੇਰਾ ਨਹੀਂ ਕਹਿ ਰਿਹਾ ਬਲਕਿ ਸਾਡਾ ਕਹਿ ਰਿਹਾ. So the demons are speaking through him. ਇਹਦਾ ਮਤਲਬ ਇਹ ਹੈ ਕਿ ਉਹ ਇੱਕ ਜਣਾ ਨਹੀਂ ਬਲਕਿ ਜਿੰਨੀਆਂ ਵੀ ਉਹਦੇ ਅੰਦਰ ਭ੍ਰਿਸ਼ਟ ਆਤਮਾ ਸੀਗੀਆਂ ਉਹ ਸਾਰੀਆਂ ਮਿਲ ਕੇ ਉਹ ਇੱਕ ਗੱਲ ਕਹਿ ਰਹੀਆਂ ਸੀ ਕਿ ਯਾ ਯਿਸੂ ਤੇਰਾ ਸਾਡੇ ਨਾਲ ਕੀ ਕੰਮ ਹੈ. And look at this. Have you come to destroy us? I know who you are, the holy one of God. ਇਹਦੇ ਵਿੱਚ ਲਿਖਿਆ ਹੋਇਆ ਕਿ ਉਹਨੇ ਕਿਹਾ ਕਿ ਮੈਂ ਤੈਨੂੰ ਜਾਣਦਾ ਹਾਂ, ਤੂੰ ਕੌਣ ਹੈ? ਤੂੰ ਪਰਮੇਸ਼ਵਰ ਦਾ ਪਿੱਤਰ ਹੈ, ਪਵਿੱਤਰ ਪੁਰਖ ਹੈ. Even Satan recognizes that Jesus is God. Even ki shaitan nu bhi pata hai ki Yesu Masih khuda da beta hai. How much more that we should accept Jesus's deity. Je shaitan nu pata hai te sanu bhi chahida hai ki sanu bhi pata hona chahida hai ki khudaavan Yesu Masih khuda da beta. Hallelujah. Hallelujah. Satan recognizes that Jesus is God. ਸ਼ੈਤਾਨ ਨੂੰ ਵੀ ਪਤਾ ਹੈ ਕਿ ਯਿਸੂ ਮਸੀਹ ਖੁਦਾ ਹੈ, ਸਾਨੂੰ ਕਿਉਂ ਨਹੀਂ ਪਤਾ ਇਸ ਚੀਜ਼ ਦਾ? Yes, he came in the form of a man. ਹਾਂ, ਉਹ ਜ਼ਰੂਰ ਉਹ ਇਨਸਾਨ ਬਣ ਕੇ ਇਸ ਦੁਨੀਆ ਦੇ ਉੱਤੇ ਆਇਆ. He left every glory and honor and came in the form of a man. ਉਹਨੇ ਆਪਣਾ ਇਖਤਿਆਰ, ਆਪਣਾ ਜਾਹੋ ਜਲਾਲ ਸਾਰਾ ਕੁਝ ਛੱਡ ਕੇ ਸਵਰਗ ਦੇ ਵਿੱਚੋਂ ਧਰਤੀ ਦੇ ਉੱਤੇ ਸਾਡੇ ਵਾਸਤੇ ਆਇਆ. Because we are all born into sin. ਕਿਉਂਕਿ ਅਸੀਂ ਸਾਰੇ ਪਾਪ ਦੇ ਵਿੱਚ ਪੈਦਾ ਹੋਏ ਹਾਂ. There is no one here, neither in this whole world, who is without sin. ਨਾ ਹੀ ਇੱਥੇ, ਨਾ ਹੀ ਪੂਰੀ ਜਗਤ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਇਨਸਾਨ ਨਹੀਂ ਆ ਜਿਹੜਾ ਪਾਪ ਤੋਂ ਬਗੈਰ ਪੈਦਾ ਹੁੰਦਾ. That's why we struggle in life. ਇਸੇ ਕਰਕੇ ਅਸੀਂ ਦੁਨੀਆ ਦੇ ਵਿੱਚ ਰਹਿੰਦੇ ਹੋਏ and we do wrong things. We do wrong things. ਤੇ ਅਸੀਂ ਗਲਤ ਮਲ ਚੀਜ਼ਾਂ ਕਰਦੇ ਹਾਂ. We lie. ਅਸੀਂ ਝੂਠ ਬੋਲਦੇ ਹਾਂ. We cheat. ਅਸੀਂ ਧੋਖਾ ਦਿੰਦੇ ਹਾਂ. We drink. ਅਸੀਂ ਪੀਂਦੇ ਹਾਂ. We hate. ਅਸੀਂ ਇੱਕ ਨਫ਼ਰਤ ਕਰਦੇ ਹਾਂ. We don't have peace. ਸਾਡੇ ਵਿੱਚ ਸ਼ਾਂਤੀ ਨਹੀਂ ਹੈ. And there's so many other things. ਅਤੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਗਲਤ ਆ ਜਿਹੜਾ ਦਾ ਨਾ ਲੈ ਸਕਦੇ ਆ ਪਰ ਲੈਣਾ ਨਹੀਂ ਚਾਹੀਦਾ. What is the origin of all these things? Where do they come from? ਪਰ ਇਹਨਾਂ ਚੀਜ਼ਾਂ ਦਾ ਸਾਨੂੰ ਸੋਚਣ ਦਾ ਬਣਦਾ ਹੈ ਕਿ ਇਹ ਚੀਜ਼ਾਂ ਆਉਂਦੀਆਂ ਕਿੱਥੋਂ? If we were born absolutely holy without sin,
ਜੇ ਅਸੀਂ ਸਾਰੇ ਬਿਲਕੁਲ ਪਾਪ ਰਹਿਤ ਅਤੇ ਪਾਕ ਪਵਿੱਤਰ ਪੈਦਾ ਹੋਈਏ then we would have had no thoughts of this kind ਤੇ ਫਿਰ ਤਾਂ ਇਹ ਹੋ ਨਹੀਂ ਸਕਦਾ ਕਿ ਅਸੀਂ ਗਲਤ ਮਲਤ ਸੋਚ ਸਕੀਏ ਪਰ ਕਿਉਂਕਿ ਅਸੀਂ ਪਾਪ ਦੇ ਵਿੱਚ ਪੈਦਾ ਹੋਏ ਹਾਂ ਇਸ ਕਰਕੇ ਅਸੀਂ ਗਲਤ ਮਲਤ ਸੋਚਦੇ ਹਾਂ ਐਵਰੀ ਡੇ ਵੀ ਵੇਕ ਅਪ ਐਂਡ ਆਈ ਬਲੀਵ ਦੇਰ ਆਰ ਥੋਟਸ ਦੈਟ ਵੁੱਡ ਈਜ਼ੀਲੀ ਲੀਡ ਅਸ ਟੂ ਸੀਨ ਅਸੀਂ ਜਦੋਂ ਵੀ ਸਵੇਰੇ ਹਰ ਰੋਜ਼ ਉੱਠਦੇ ਹਾਂ ਤੇ ਮੇਰਾ ਮੇਰਾ ਵਿਸ਼ਵਾਸ ਹੈ ਕਿ ਦੁਨੀਆਂ ਦਾ ਕੋਈ ਵੀ ਇਨਸਾਨ ਆ ਉਹਦੇ ਦਿਲ ਦੇ ਵਿੱਚ ਉਹ ਗੱਲਾਂ ਆਉਂਦੀਆਂ ਰਹਿੰਦੀਆਂ ਕਿ ਯਾਰ ਅੱਜ ਕੀ ਕੀਤਾ ਜਾਵੇ ਕੋਈ ਨਾ ਕੋਈ ਗਲਤ ਮਲਤ ਉਹ ਆਪਣੇ ਦਿਲ ਦੇ ਵਿੱਚ ਸ਼ੜਿਆਂਤਰ ਕਰਦਾ ਹੀ ਰਹਿੰਦਾ ਬਟ ਦ ਗੁੱਡ ਥਿੰਗ ਇਜ਼ ਵੈਨ ਯੂ ਕਮ ਇਨਟੂ ਜੀਸਸ ਕ੍ਰਾਈਸਟ ਵੀ ਹੈਵ ਦ ਪਾਵਰ ਐਂਡ ਦੀ ਅਥਾਰਟੀ ਟੂ ਓਵਰਕਮ ਆਲ ਦੀਸ ਥਿੰਗ ਪਰ ਖੁਸ਼ੀ ਦੀ ਗੱਲ ਇਹ ਹੈ ਕਿ ਜਦੋਂ ਤੁਸੀਂ ਯਸਨਸੀ ਦੇ ਵਿੱਚ ਆ ਜਾਂਦੇ ਹੋ ਤਾਂ ਜਿੰਨੀਆਂ ਵੀ ਚੀਜ਼ਾਂ ਜਿੰਨੀਆਂ ਵੀ ਤੁਹਾਡਾ ਦਿਲ ਅਤੇ ਦਿਮਾਗ ਮਿਲ ਕੇ ਗਲਤ ਮਲਤ ਚੀਜ਼ਾਂ ਨੂੰ ਬੁੜਨ ਦੀ ਕੋਸ਼ਿਸ਼ ਕਰਦਾ ਇਹ ਤੋਂ ਤੁਸੀਂ ਛੁਟਕਾਰਾ ਪਾ ਸਕਦੇ ਹੋ ਹਾਲੇਲੂਇਆ ਹਾਲੇਲੂਇਆ ਟੂਡੇ ਯੂ ਕੈਨ ਬੀ ਫ੍ਰੀ ਇਨ ਦਿਸ ਪਲੇਸ ਅੱਜ ਤੁਸੀਂ ਇਸ ਜਗ੍ਹਾ ਤੇ ਆਜ਼ਾਦੀ ਪ੍ਰਾਪਤ ਕਰ ਸਕਦੇ ਹੋ ਟੂਡੇ ਯੂ ਕੈਨ ਬੀ ਹੀਲ ਇਨ ਦਿਸ ਪਲੇਸ ਅੱਜ ਤੁਹਾਨੂੰ ਸ਼ਿਫਾ ਤੁਹਾਨੂੰ ਚੰਗਾਈ ਮਿਲ ਸਕਦੀ ਹੈ ਟੂਡੇ ਯੂ ਕੈਨ ਐਨਕਾਊਂਟਰ ਦ ਥਰੂ ਐਂਡ ਦ ਲਿਵਿੰਗ ਗੋਡ ਅੱਜ ਤੁਸੀਂ ਇੱਕ ਸੱਚੇ ਜ਼ਿੰਦਾ ਖੁਦਾ ਨੂੰ ਜਾਣਨ ਦੀ ਕੋਸ਼ਿਸ਼ ਕਰ ਸਕਦੇ ਹੋ ਤੁਸੀਂ ਉਹਨੂੰ ਜਾਣ ਸਕਦੇ ਹੋ ਦਿਸ ਗੋਡ ਵੀ ਟਾਕਿੰਗ ਅਬਾਊਟ ਹੀ ਇਜ਼ ਅ ਗੋਡ ਹੂ ਲਵਸ ਐਂਡ ਕੇਅਰ ਇਹ ਰੱਬ ਜਿਹੜਾ ਅਸੀਂ ਜਿਹਦੀ ਗਵਾਹੀ ਦਿੰਦੇ ਆ ਇਹ ਅਸੀਂ ਉਸ ਰੱਬ ਦੀ ਗਵਾਹੀ ਦਿੰਦੇ ਆ ਜਿਹੜਾ ਤੁਹਾਡੀ ਬਹੁਤ ਕੇਅਰ ਕਰਦਾ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਚਾਹੇ ਤੁਸੀਂ ਉਹਨਾਂ ਨੂੰ ਨਹੀਂ ਜਾਣਦੇ ਯੂ ਮਾਈਟ ਨੋ ਦ ਟੈਸਟੀਮਨੀ ਆਫ ਪਾਸਟਰ ਹਰਤੇਜ ਸਾਨੂੰ ਨਹੀਂ ਪਤਾ ਪਰ ਸ਼ਾਇਦ ਤੁਸੀਂ ਸਾਰਿਆਂ ਨੂੰ ਕਿਨਕੇ ਹੱਥ ਖੜਾ ਕਰਕੇ ਦੱਸ ਸਕਦੇ ਪਾਸਟਰ ਹਰਤੇਜ ਦੀ ਗਵਾਹੀ ਦਾ ਹਾਊ ਫਰਮ ਆਲਮੋਸਟ ਡੈਥ ਹੀ ਕੇਮ ਬੈਕ ਟੂ ਲਾਈਫ ਕਿਸ ਤਰ੍ਹਾਂ ਉਹਨਾਂ ਨੇ ਬਿਲਕੁਲ ਮਰਨ ਦੀ ਕੀ ਕਹਿੰਦੇ ਆ ਉਹਨੂੰ ਹਾਲਤ ਦੇ ਵਿੱਚ ਸੀਗੇ ਤੇ ਪਰ ਫਿਰ ਵੀ ਖੁਦਾ ਉਹਨਾਂ ਨੂੰ ਪ੍ਰੋਬਬਲੀ ਯੂ نو ਜ਼ਿੰਦਗੀ ਦੇ ਵਿੱਚ ਲੈ ਕੇ ਆਏ ਕਿਉਂਕਿ ਯੂ ਪ੍ਰੋਬਬਲੀ نو ਦ ਸਟੋਰੀ ਦੈਟ ਹੀ ਫੈਲ ਫਰਮ ਦ 3rd ਫਲੋਰ ਤੀਸਰੀ ਮੰਜ਼ਲ ਤੋਂ ਪਾਸਟਰ ਜੀ ਉੱਪਰੋਂ ਡੈਡ ਪਏ ਸੀਗੇ ਬਟ ਗੋਡ ਸੇਵਡ ਹਿਮ ਹੋਰ ਕਿਸੇ ਨੂੰ ਪਤਾ ਹੈ ਇਹਦੀ ਦਵਾਈ ਦਾ ਨਾਮ ਹਾਲੇਲੂਇਆ ਜਿੰਦੇ ਨੋ ਹੋਲ ਯੈਸ ਸੋ ਗੋਡ ਇਜ਼ ਅ ਗੋਡ ਆਫ ਲਵ ਐਂਡ ਦਿਸ ਵਾਈ ਹੀ ਇਜ਼ ਅਲਾਈਵ ਟੂਡੇ ਕਿਉਂਕਿ ਯਸੂ ਮਸੀਹ ਜਿਹੜਾ ਸਾਡਾ ਖੁਦਾ ਆ ਉਹ ਪਿਆਰ ਦਾ ਖੁਦਾ ਆ ਇਸੇ ਕਰਕੇ ਇਹ ਇਨਸਾਨ ਜਿਹੜਾ ਤੀਸਰੀ ਮੰਦਰ ਚੋਂ ਗਿਆ ਵੈਨ ਹੀ ਕ੍ਰਾਈਡ ਆਊਟ ਟੂ ਜੀਸਸ ਜੀਸਸ ਕੇਮ ਟੂ ਹੈਲਪ ਹਿਮ ਜਦੋਂ ਇਹਨਾਂ ਨੇ ਯਸੂ ਮਸੀਹ ਨੂੰ ਪੁਕਾਰਿਆ ਉਹਨਾਂ ਨੇ ਇਹਦੀ ਹੈਲਪ ਕੀਤੀ ਇਹਨਾਂ ਹਾਲੇਲੂਇਆ ਹਾਲੇਲੂਇਆ ਸੋ ਵੀ ਸੀ ਹੇਅਰ ਦੈਟ ਜੀਸਸ ਰਿਬਿਊਕਡ ਦ ਡੀਮਨ ਇਨ ਦ ਮੈਨ ਅਸੀਂ ਦੇਖਦੇ ਹਾਂ ਕਿ ਯਸੂ ਮਸੀਹ ਨੇ ਕਿਤਾਬ ਵਿੱਚ ਲਿਖਿਆ ਹੈ ਬਾਈਬਲ ਦੇ ਵਿੱਚ ਕਿ ਉਹਨੇ 35 ਆਇਤ ਦੇ ਵਿੱਚ ਲਿਖਿਆ ਹੋਇਆ ਕਿ ਯਸੂ ਮਸੀਹ ਨੇ ਉਹਨੂੰ ਵਰਜ ਕੇ ਕਿਹਾ ਉਹਨੂੰ ਝਿੜਕ ਕੇ ਕਿਹਾ ਜੀਸਸ ਜਸਟ ਸੇਡ ਕਮ ਆਊਟ ਆਫ ਦਿਸ ਮੈਨ ਉਹਨੇ ਕਿਹਾ ਚੁੱਪ ਕਰ ਅਤੇ ਇਸ ਵਿੱਚੋਂ ਨਿਕਲ ਜਾ ਵੈਨ ਜੀਸਸ ਸੇਸ ਕਮ ਆਊਟ ਆਫ ਦਿਸ ਮੈਨ ਦ ਡੀਮਨ ਹੈਸ ਟੂ ਓਬੇ ਐਂਡ ਕਮ ਆਊਟ ਵੈਨ ਜੀਸਸ ਸੇਸ ਕਮ ਆਊਟ ਆਫ ਦਿਸ ਮੈਨ ਦ ਡੀਮਨਸ ਹੈਵ ਟੂ ਓਬੇ ਐਂਡ ਕਮ ਆਊਟ ਜਦੋਂ ਯਸੂ ਮਸੀਹ ਨੇ ਇਸ ਜਿਹੜਾ ਆਦਮੀ ਸੀਗਾ ਉਹਨੂੰ ਕਿਹਾ ਕਿ ਇਹਦੇ ਵਿੱਚੋਂ ਜਿਹੜੀਆਂ ਵੀ ਆਤਮਾਵਾਂ ਸੀਗੀਆਂ ਉਹ ਨਿਕਲ ਜਾਣ ਤੋਂ ਉਹਦੀ ਜ਼ਿੰਦਗੀ ਚੋਂ ਨਿਕਲ ਗਈ ਹਾਲੇਲੂਇਆ ਟੂਡੇ ਇਫ ਐਨੀਥਿੰਗ ਇਜ਼ ਇਫ ਦੇਰ ਇਜ਼ ਐਨੀ ਸਪਿਰਿਟ ਟੋਰਮੈਂਟਿੰਗ ਯੂ ਔਰ ਅਫਲਿਕਟਿੰਗ ਯੂ ਇਟਸ ਗੋਇੰਗ ਟੂ ਕਮ ਆਊਟ ਟੂਡੇ ਇਨ ਜੀਸਸ ਨੇਮ ਜੇ ਅੱਜ ਕੋਈ ਵੀ ਇਸ ਤਰ੍ਹਾਂ ਦੀ ਗੰਦੀ ਆਤਮਾ ਜਿਸ ਤਰ੍ਹਾਂ ਇਸ ਇਨਸਾਨ ਨੂੰ ਤੜਪਾ ਰਹੀ ਸੀ ਇਸ ਇਨਸਾਨ ਨੂੰ ਤੰਗ ਕਰ ਰਹੀ ਸੀ ਜੇ ਅੱਜ ਕਿਸੇ ਦੇ ਵਿੱਚ ਵੀ ਉਸ ਤਰ੍ਹਾਂ ਦੀ ਆਤਮਾ ਹੈ ਤਾਂ ਉਹ ਵੀ ਅੱਜ ਜ਼ਰੂਰ ਨਿਕਲੇਗੀ ਵਾਟ ਡਸ ਅ ਡੀਮਨ ਡੂ ਡੀਮਨ ਵਾਂਟਸ ਟੂ ਮੇਕ ਅਸ ਲੈਸ ਹਿਊਮਨ ਜਿਹੜੇ ਗੰਦੀਆਂ ਆਤਮਾਵਾਂ ਹੁੰਦੀਆਂ ਦੁਸ਼ਟ ਆਤਮਾਵਾਂ ਕੀ ਕਰਦੀਆਂ ਇਹਨਾਂ ਦਾ ਕੰਮ ਇਹੀ ਹੁੰਦਾ ਕਿ ਜਿਹੜੇ ਖੁਦਾ ਦੇ ਲੋਕ ਆ ਜਾਂ ਫਿਰ ਜਿੰਨੇ ਵੀ ਇਨਸਾਨ ਆ ਉਹਨਾਂ ਨੂੰ ਘੱਟ ਇਨਸਾਨ ਬਣਾਉਣਾ ਤੇ ਉਹਨਾਂ ਨੂੰ ਗਲਤ ਮਲਤ ਇਨਸਾਨ ਜ਼ਿਆਦਾ ਬਣਾਉਣਾ ਦ ਡੀਮਨਸ ਡਸਨਟ ਵਾਂਟ ਅਸ ਟੂ ਰੀਚ ਅਸ ਡਸਨਟ ਵਾਂਟ ਅਸ ਟੂ ਰੀਚ ਟੂ ਆਰ ਫੁੱਲ ਪੋਟੈਂਸ਼ੀਅਲ ਐਂਡ ਦ ਥਰੂ ਆਈਡੈਂਟੀਟੀ ਦੈਟ ਵੀ ਹੈਵ ਇਨ ਜੀਸਸ ਕ੍ਰਾਈਸਟ ਜਿਹੜਾ ਸ਼ੈਤਾਨ ਆ ਉਹ ਨਹੀਂ ਚਾਹੁੰਦਾ ਕਿ ਅਸੀਂ ਯਸੂ ਮਸੀਹ ਨੂੰ ਜਾਣ ਸਕੀਏ ਤੇ ਉਹਨੂੰ ਪਹਿਚਾਣ ਸਕੀਏ ਗੋਡ ਹੈਸ ਕ੍ਰੀਏਟਡ ਯੂ ਫਾਰ ਅ ਸਪੈਸ਼ਲ ਪਰਪਸ ਖੁਦਾਵੰਦ ਯਸੂ ਮਸੀਹ ਨੇ ਸਾਨੂੰ ਸਾਰਿਆਂ ਨੂੰ ਇੱਕ ਕਾਰਨ ਕਰਕੇ ਬਣਾਇਆ ਹੈ ਦੈਟ ਯੋਰ ਲਾਈਫ ਵਿਲ ਬੀ ਅ ਲਾਈਫ ਆਫ ਬਲੇਸਿੰਗ ਤਾਂ ਜੋ ਸਾਡੀ ਸਾਰਿਆਂ ਦੀ ਜ਼ਿੰਦਗੀ ਜਿਹੜੀ ਉਹ ਆਸ਼ੀਸ਼ ਵਾਲੀ ਜ਼ਿੰਦਗੀ ਬਚਣ ਵਾਲੀ ਜ਼ਿੰਦਗੀ ਯੂ ਲਿਵ ਇਨ ਪੀਸ ਵਿਦ ਈਚ ਅਦਰ ਤਾਂ ਜੋ ਤੁਸੀਂ ਸ਼ਾਂਤੀ ਨਾਲ ਇੱਕ ਦੂਸਰੇ ਨਾਲ ਰਹੋ ਯੂ ਹੈਵ ਦ ਜੋਏ ਆਫ ਦ ਲਾਰਡ ਅਤੇ ਖੁਦਾ ਦਾ ਖੁਸ਼ਾਮਦੀ ਤੁਹਾਡੇ ਕੋਲ ਹੋਵੇ ਦੇਰ ਵਿਲ ਬੀ ਨੋ ਸਿਕਨੈਸ ਇਨ ਯੋਰ ਬੋਡੀ ਤੇ ਤੁਹਾਡੀ ਬੋਡੀ ਦੇ ਵਿੱਚ ਤੁਹਾਡੇ ਫਿਜ਼ੀਕਲ ਜਿੰਨੀ ਵੀ ਤੁਹਾਡੇ ਸਰੀਰ ਆ ਉਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਲੱਗ ਜਾਂਦੀ ਹੈ ਦਿਸ ਆਰ ਦ ਪਲਾਨਸ ਆਫ ਗੋਡ ਫਾਰ ਆਵਰ ਲਾਈਫ ਇਹ ਸਾਰੇ ਯੋਜਨਾ ਖੁਦਾਵੰਦ ਯਿਸੂ ਮਸੀਹ ਦੀ ਤੁਹਾਡੀ ਜ਼ਿੰਦਗੀ ਵਿੱਚ ਬਟ ਦ ਐਨੀਮੀ ਵਾਂਟਸ ਇਟ ਟੋਟਲੀ ਆਪੋਜ਼ਿਟ ਪਰ ਜਿਹੜਾ ਸ਼ੈਤਾਨ ਆ ਉਹ ਬਿਲਕੁਲ ਉਲਟ ਸੁਭਾਅ ਦਾ ਹੈ ਉਹਨੇ ਉਲਟੀਆਂ ਚੀਜ਼ਾਂ ਤੁਹਾਡੇ ਬਾਰੇ ਸੋਚ ਕੇ ਰੱਖੀ ਸੋ ਟੁਡੇ ਯੂ ਹੈਵ ਐਨ ਓਪਰਚੁਨਿਟੀ ਟੂ ਕਾਲ ਆਊਟ ਟੂ ਗੋਡ ਐਂਡ ਚੇਂਜ ਯੋਰ ਸਟੋਰੀ ਤੇ ਅੱਜ ਤੁਹਾਡੇ ਕੋਲ ਇਹ ਮੌਕਾ ਹੈ ਕਿ ਤੁਸੀਂ ਆਪਣੀ ਸਟੋਰੀ ਵਿੱਚ ਆਪਣੀ ਕਹਾਣੀ ਵਿੱਚ ਇਹ ਬਦਲਾਵ ਲਿਆ ਸਕਦੇ ਹੋ ਆਪਣੀ ਜ਼ਿੰਦਗੀ ਦੇ ਵਿੱਚ ਐਂਡ ਵੀ ਸੀ ਹੇਅਰ ਦ ਐਂਡ ਇਜ਼ ਗੁੱਡ ਇਨ ਦਿਸ ਸਟੋਰੀ ਦ ਐਂਡ ਇਜ਼ ਗੁੱਡ ਇਨ ਦਿਸ ਸਟੋਰੀ ਤੇ ਅਸੀਂ ਦੇਖਦੇ ਹਾਂ ਕਿ ਜਿਹੜੀ ਅਸੀਂ ਹੁਣੀ ਸਟੋਰੀ ਪੜ੍ਹੀ ਆ ਇਹਦਾ ਜਿਹੜਾ ਐਂਡ ਹੋਇਆ ਜਿਹੜਾ ਇਹਦਾ ਅੰਤ ਹੋਇਆ ਉਹ ਬਹੁਤ ਹੀ ਚੰਗਾ ਅੰਤ ਹੋਇਆ ਦ ਮੈਨ ਹੂ ਵਾਸ ਡੀਮਨਾਈਜ਼ਡ ਜਿਹੜਾ ਇਨਸਾਨ ਸੀਗਾ ਜਿਹੜਾ ਚਿੱਲਾ ਰਿਹਾ ਸੀਗਾ ਪਵਿੱਤਰ ਦੁਸ਼ਟ ਆਤਮਾ ਦੇ ਨਾਲ ਉਹ ਉਹਨੂੰ ਚੰਗਾਈ ਮਿਲ ਗਈ ਦ ਮੈਨ ਹੂ ਡਿਡਨਟ ਹੈਵ ਐਨੀ ਰਿਸਪੈਕਟ ਇਨ ਦ ਸੋਸਾਇਟੀ ਜਿਹੜੇ ਇਨਸਾਨ ਨੂੰ ਸਮਾਜ ਦੇ ਵਿੱਚ ਬਿਲਕੁਲ ਵੀ
respect nahi karde si loki ohdi respect wapas aayi. When Jesus encountered him, he changed. Jadon Yesu Masih ne ohda samna kita te ohdi zindagi hamesha layi badal gayi. He gave him a second chance. Te ohnan ne Yesu Masih ne ohnu ek hor mauka ditta. He became normal. Ohde oh normal insaan ban gaya. And today if there is something that is like an abnormality in you in any way, God wants to make it normal. Te ajj kise vi tarah na je tusi asadharan ho ta tusi ajj normal sadharan insaan ban sakde ho. But it is important that you accept him as your Lord as and your savior. Par eh bahut khas bahut zaruri cheez hai ki tusi onu apni zindagi de vich onu apna mukti data ban ke zarur onu manna. If you open your heart today, je tusi apne dil nu us vas khologe, it doesn't matter you don't understand a lot of things. Ida matlab eh nahi hai ki tuhanu bahut cheezan di samajh hai ya nahi hai. If you have a little faith to say, Jesus, I want you in my life today, you are going to be going home blessed. Je tuhanu sirf chota ja thoda ja vishwas hai ki ha Yesu Masih main tuhanu apni zindagi vich prapt karna chahunda ya chahundi ha, ta tusi itho barkat leke zarur jaoge ajj apne ghar. Pastor said nobody will go empty from here. ਪਾਸਟਰ ਜੀ ਨੇ ਕਿਹਾ ਸੀ ਕਿ ਅੱਜ ਇੱਥੋਂ ਕੋਈ ਵੀ ਖਾਲੀ ਨਹੀਂ ਜਾਏਗਾ. ਐਂਡ ਆਈ ਟਰੂਲੀ ਬਲੀਵ ਦੈਟ ਤੇ ਮੈਂ ਉਹਨੂੰ ਬਹੁਤ ਅੱਛੇ ਤਰੀਕੇ ਨਾਲ ਵਿਸ਼ਵਾਸ ਕਰਦਾ. ਸਮਹਾਉ ਗੋਡ ਵਿਲ ਫੀਲ ਯੂ. ਆਮੇਨ. ਤੇ ਖੁਦਾਵੰ ਦਾ ਰੂਹ ਤੁਹਾਨੂੰ ਜ਼ਰੂਰ ਭਰੇਗਾ. ਹੀ ਵਿਲ ਪੋਰ ਆਊਟ ਹਿਸ ਬਲੇਸਿੰਗ ਔਨ ਯੂ. ਉਹ ਆਪਣੀਆਂ ਜਿੰਨੀਆਂ ਵੀ ਬਰਕਤਾਂ ਜਿਹੜੀਆਂ ਤੁਹਾਡੇ ਰੱਖੀਆਂ ਤੁਹਾਨੂੰ ਜ਼ਰੂਰ ਦੇਗਾ. ਬਿਕੋਜ਼ ਹੀ ਰੀਲੀ 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 ਲਵਸ ਯੂ. ਕਿਉਂਕਿ ਉਹ ਤੁਹਾਡੇ ਨਾਲ ਬਹੁਤ ਬਹੁਤ ਪਿਆਰ ਕਰਦਾ ਹੈ. ਹਿਸ ਬਲੱਡ ਵਾਸ ਦ ਓਨਲੀ ਬਲੱਡ ਦੈਟ ਵਾਸ ਪਿਓਰ. It could save you and me from our sinfulness. ਖੁਦਾਵੰਦ ਯਿਸੂ ਮਸੀਹ ਦਾ ਲਹੂ ਜਿਹੜਾ ਉਹਨੇ ਸਾਡੇ ਲਈ ਸਲੀਬ ਦੇ ਉੱਤੇ ਵਹਾਇਆ, ਸਿਰਫ ਉਹੀ ਲਹੂ ਸੀ ਜਿਹਦੇ ਦੁਆਰਾ ਸਾਡੇ ਪਾਪਾਂ ਦੀ ਜਿਹੜੀ ਹੈਗੀ ਆ ਉਹਦੀ ਕੁਰਬਾਨੀ ਦੇ ਦਿੱਤੀ ਜਾ ਸਕਦੀ. No blood of any animal can cleanse your sins. ਕਿਸੇ ਵੀ ਜਾਨਵਰ ਦਾ ਖੂਨ ਜਾਂ ਕਿਸੇ ਵੀ ਹੋਰ ਚੀਜ਼ ਦਾ ਖੂਨ ਸਾਡੀ ਆਜ਼ਾਦੀ ਨਹੀਂ ਕਰ ਸਕਦਾ ਪਾਪਾਂ ਤੋਂ. No blood of any human being can cleanse and save you from eternal condemnation. ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਤੁਹਾਨੂੰ ਜਿਹੜੀ ਜਿਹੜੀ ਹਮੇਸ਼ਾ ਦੀ ਮੌਤ ਆ ਉਸ ਤੋਂ ਬਚਾ ਨਹੀਂ ਸਕਦੀ. ਬਿਕੋਜ਼ ਦੇਰ ਇਜ਼ ਸਮ ਲੈਕ ਇਨ ਦੈਟ ਬਲੱਡ. ਕਿਉਂਕਿ ਉਸ ਬਲੱਡ ਦੇ ਵਿੱਚ ਉਸ ਕੁਰਬਾਨੀ ਦੇ ਵਿੱਚ ਕਿਸੇ ਨਾ ਕਿਸੇ ਚੀਜ਼ ਦੀ ਥੋੜ ਹੁੰਦੀ ਹੈ. ਬਿਕੋਜ਼ ਵੀ ਹੈਵ ਬੀਨ ਕ੍ਰੀਏਟਡ, ਵੀ ਵਰ ਨਾਟ ਦ ਕ੍ਰੀਏਟਰ. ਕਿਉਂਕਿ ਅਸੀਂ ਬਣਾਏ ਗਏ ਹਾਂ, ਨਾ ਕਿ ਅਸੀਂ ਬਣਾਉਣ ਵਾਲੇ ਹਾਂ. ਸਾਨੂੰ ਕਿਸੇ ਨੇ ਬਣਾਇਆ ਹੈ. But Jesus is the creator. ਪਰ ਯਿਸੂ ਮਸੀਹ ਉਹਨੂੰ ਕਿਸੇ ਨੇ ਬਣਾਇਆ ਨਹੀਂ, ਉਹ ਖੁਦ ਬਣਿਆ ਹੈ. He chose to come into this world. ਤੇ ਉਹ give his life and his blood is the pure holy blood. ਤੇ ਉਹ ਜਿਹੜਾ ਹੈ ਉਹ ਅਸਮਾਨ ਤੇ ਬੈਠਾ ਹੈ ਅਤੇ ਉਹਨੇ ਦੁਨੀਆ ਤੇ ਆ ਕੇ ਦੁਨੀਆ ਦੇ ਵਾਸਤੇ ਆਪਣਾ ਖੂਨ ਵਹਾਇਆ ਤਾਂ ਜੋ ਤੁਹਾਡੇ ਮੁਕਤੀਦਾਤਾ ਬਣ ਸਕੇ. And that blood is here today to cleanse you. ਤੇ ਉਹੀ ਖੂਨ ਜਿਹੜਾ ਖੁਦਾ ਲਈ ਬਣਿਆ ਗਿਆ, ਪਰ ਬਾਈਬਲ ਦੇ ਵਿੱਚ ਲਿਖਿਆ ਕਿ ਜਿਹੜਾ ਖੂਨ ਆ ਉਹ ਅੱਜ ਇੱਥੇ ਵੀ ਮੌਜੂਦ ਆ ਤੁਹਾਡੇ ਵਾਸਤੇ ਤੁਹਾਨੂੰ ਸਾਫ ਕਰ ਸਕੇ. There is a little story in the Bible which is a very interesting story. ਇੱਕ ਛੋਟੀ ਜੀ ਹੋਰ ਕਹਾਣੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਜਿਹੜੀ ਬਾਈਬਲ ਵਿੱਚ ਲਿਖੀ ਹੈ. In the Old Testament. ਪੁਰਾਣੇ ਅਹਿਦਨਾਮੇ ਵਿੱਚ ਲਿਖੀ ਬਾਈਬਲ ਵਿੱਚ. And it was when the Israelites were slaves in Egypt. ਇਹ ਲਿਖਿਆ ਹੈ ਕਿ ਜਦੋਂ ਇਸرائیਲੀ ਲੋਕ ਸੀ ਜਿਹੜੇ ਉਹ ਜਿਹੜੇ ਮਿਸਰ ਦੇ ਦੇਸ਼ ਵਿੱਚ ਜਦੋਂ ਉਹ ਗੁਲਾਮ ਸੀ. And when God wanted to deliver them. ਜਦੋਂ ਖੁਦਾ ਉਹਨਾਂ ਨੂੰ ਆਜ਼ਾਦ ਕਰਨਾ ਚਾਹੁੰਦਾ ਸੀ ਉਹਨਾਂ ਦੀ ਗੁਲਾਮੀ ਤੋਂ. ਬਿਫੋਰ ਦੇ ਵੁੱਡ ਕਮ ਆਊਟ ਆਫ ਈਜਿਪਟ ਇਨਟੂ ਦ ਪ੍ਰੋਮਿਸ ਲੈਂਡ. ਜਦੋਂ ਕਿ ਉਹ ਆਪਣੇ ਮਿਸਰ ਦੇ ਵਿੱਚੋਂ ਨਿਕਲ ਕੇ ਇਸਰਾਇਲ ਦੇ ਵਿੱਚ ਜਾਣ ਆਪਣੇ ਦੇਸ਼ ਵਿੱਚ. ਗੋਡ ਵਾਂਟਡ ਟੂ ਸ਼ੋ ਹਿਸ ਪਾਵਰ ਐਂਡ ਹਿਸ ਗਲੋਰੀ ਟੂ ਦ ਕਿੰਗ ਆਫ ਈਜਿਪਟ. ਖੁਦਾਵੰਦ ਉਸ ਮਿਸਰ ਦਾ ਜਿਹੜਾ ਰਾਜਾ ਸੀ ਜਿਹੜਾ ਉਹ ਤੋਂ ਜ਼ੁਲਮ ਕਰਦਾ ਸੀ ਜਿਹੜਾ ਜਿਹਨੇ ਉਹਨਾਂ ਨੂੰ ਗੁਲਾਮ ਬਣਾਇਆ ਸੀ. ਐਂਡ ਗੋਡ ਸੈਡ ਟੂ ਦ ਇਸਰਾਇਲਾਈਟਸ. ਤੇ ਉਹਨੇ ਯਿਸੂ ਇਸਰਾਇਲ ਨੂੰ ਕਿਹਾ. On that particular night, going back many thousands of years, that particular night, going back many thousands of years, this happened. It was one night. Okay. Aaj ton bahut sare hazaran saal pehla eh cheez hoyi si jehdi assi gal karde pe. God said the angel of death is going to pass by. Khuda de rooh ne unhanu kiya ki aaj zindagi da farishta itthon lagge. He told the Israelites that they should slaughter a lamb and put the blood on the lintel of the door. Te khuda de farishte ne unhanu kiya ki jadon ajj maut da farishta jadon tuhade area de vichon langega te ek bakre da khoon leke lamb pet bhed lele da khoon pet da lela hunda na jada oda khoon leke apne darwaza apne chhatan te launa. And when the angel of death passes by, when he sees the blood, the angel of death wouldn't come in. He will go to that other houses where the blood is not there, which is a non-Israelite's house.
ਤੋ ਉਹਨਾਂ ਨੇ ਇਹ ਪਛਾਣ ਰੱਖੀ ਕਿ ਜਿਹੜੇ ਇਸਰਾਇਲੀਆਂ ਦੇ ਘਰ ਆ ਉਹਨਾਂ ਦੇ ਉੱਤੇ ਜਿਹੜਾ ਲੀਲੇ ਦਾ ਖੂਨ ਲੱਗਾ ਹੋਏਗਾ ਉਸ ਘਰ ਦੇ ਜਿਹੜਾ ਹੈਗਾ ਆ ਆਪਣਾ ਮੌਤ ਦਾ ਫਰਿਸ਼ਤਾ ਉਹ ਕੁਛ ਨਹੀਂ ਕਹੇਗਾ, ਪਰ ਜਿਹੜੇ ਦੂਸਰੇ ਘਰ ਆ ਉਸ ਦੇਸ਼ ਦੇ ਜਿਹਨਾਂ ਉੱਤੇ ਖੂਨ ਨਹੀਂ ਲੱਗਾ ਹੋਏਗਾ ਉਹਨਾਂ ਘਰ ਦੇ ਵਿੱਚ ਮੌਤ ਆਏਗੀ। ਬਿਕੋਜ਼ ਗੋਡ ਸੈਡ ਆਈ ਵਿਲ ਕਿਲ ਦ ਫਰਸਟ ਬੋਰਨ ਆਫ ਐਵਰੀ ਫੈਮਿਲੀ ਦੈਟ ਇਜ਼ ਨੋਟ ਐਨ ਇਸਰਾਇਲਾਈਟ ਫੈਮਿਲੀ, ਅਤੇ ਉਹਨਾਂ ਸਾਰਿਆਂ ਨੂੰ ਸਜ਼ਾ ਮਿਲੇਗੀ ਜਿਨ੍ਹਾਂ ਨੇ ਵੀ ਇਸਰਾਇਲ ਦੇ ਉੱਤੇ ਗੁਲਾਮੀ ਕੀਤੀ ਸੀ। ਐਂਡ ਵੀ ਸੀ ਇਨ ਦ ਬਾਈਬਲ ਦ ਏਂਜਲ ਆਫ ਡੈਥ ਪਾਸਡ ਬਾਈ ਐਵਰੀ ਹਾਊਸ ਦੈਟ ਹੈਡ ਬਲੱਡ, ਇਟ ਵੁਡਨਟ ਐਂਟਰ ਬਿਕੋਜ਼ ਆਫ ਦ ਪ੍ਰੋਟੈਕਸ਼ਨ ਆਫ ਗੋਡ ਇਨ ਦੈਟ ਹਾਊਸ, but it went into the every house and killed the firstborn where there was no blood. te oh jehda maut da farishta si ohne jinne vi israel de ghar jinna te leliyan da khoon laga si ohna nu kuch nahi kiya, par jehde baki sige jinna ohna te gulami kiti sigi jinna ne us khoon nu apne gharan de utte nahi lagaya siga ohna de vich kafi tarah di problems aayi. nothing has changed much since then, us to baad ajj tak vi hazaran saal baad vi koi khas change nahi hoya. The angel of death is still passing by today. jehda maut da farishta ajj vi pass kar reha pa itthon. But today God is saying to you that you need to have the blood of Jesus on the lintel of your door. Yesu si ajj keh reha ki jehda us lele da blood nahi balki mera khoon jehda main bahaya sleep utte oh tuhadi zindagiyan vich aona chahida. And if you open your heart to Jesus today, te je tusi apne dilan nu khudavan Yesu si vaste khologe, in other words you are applying the blood of Jesus on your heart, jado Yesu si da lahu tusi apne dilan de utte lagaoge, the angel of death will not have any right to take you to hell when you die, but your destiny will be heaven. ta tusi kade vi maroge nahi balki hamesha di zindagi paoge. So today you can make that choice of knowing that you will be in heaven with Jesus with one decision that you could make today. ਅੱਜ ਤੁਸੀਂ ਇਹ ਡਿਸੀਜਨ ਲੈ ਸਕਦੇ ਹੋ ਕਿ ਜਦੋਂ ਤੁਹਾਡੀ ਮੌਤ ਤੋਂ ਬਾਅਦ ਤੁਹਾਡੀ ਦੂਸਰੀ ਮੌਤ ਹੋਏਗੀ ਜਾਂ ਤੁਸੀਂ ਜ਼ਿੰਦਗੀ ਨੂੰ ਪ੍ਰਾਪਤ ਕਰਨਾ ਚਾਹੁੰਦੇ ਹੋ, ਉਸ ਚੀਜ਼ ਦਾ ਡਿਸੀਜਨ ਤੁਸੀਂ ਅੱਜ ਫੈਸਲਾ ਕਰ ਸਕਦੇ ਹੋ। All of us will die at some point in this life. ਅਸੀਂ ਸਾਰੇ ਜਿੰਨੇ ਵੀ ਇੱਥੇ ਮੌਜੂਦ ਆ ਸਾਨੂੰ ਵੀ ਤੁਹਾਨੂੰ ਵੀ ਮੌਤ ਇੱਕ ਨਾ ਇੱਕ ਦਿਨ ਜ਼ਰੂਰ ਆਉਣੀ ਹੈ। ਸਾਡੀ ਜਿਹੜੀ ਆ ਸਾਡੀ ਬੋਡੀ ਜਿਹੜਾ ਸਾਡਾ ਸਰੀਰ ਆ ਇਹ ਮਿੱਟੀ ਦੇ ਵਿੱਚ ਮਿਲ ਜਾਂਦਾ, our spirit goes back to God. ਜਿਹੜੀ ਸਾਡੀ ਆਤਮਾ ਆ ਉਹ ਵਾਪਸ ਚਲੇ ਜਾਂਦੀ ਖੁਦਾ ਦੇ ਕੋਲ। When we die, because now we can live because he has put his spirit in us and we can breathe and we can live, ਕਿਉਂਕਿ ਅਸੀਂ ਇਸ ਵੇਲੇ ਜੀਂਦੇ ਆ ਕਿਉਂਕਿ ਉਹਨੇ ਸਾਨੂੰ ਆਪਣਾ ਸਾਥ ਦਿੱਤਾ ਹੈ। But the moment we die the spirit goes back to God, life is taken out. ਪਰ ਜਦੋਂ ਅਸੀਂ ਮਰ ਜਾਂਦੇ ਆ ਖੁਦਾਵੰਦ ਆਪਣੀ ਆਤਮਾ ਦੁਬਾਰਾ ਲੈ ਲੈਂਦਾ। But the soul, ਪਰ ਜਿਹੜੀ ਜਾਨ ਆ ਸਾਡੇ ਵਿੱਚ, which is really you, ਜਿਹੜੀ ਕਿ ਅਸਲੀਅਤ ਵਿੱਚ ਤੁਹਾਡੇ ਕੋਲ ਆ, will live forever and ever. ਇਹ ਕਦੀ ਵੀ ਨਹੀਂ ਮਰਦੀ। ਮੈਂ ਤੁਹਾਨੂੰ ਸਿਰਫ ਇੱਕ ਚੀਜ਼ ਦੱਸਣਾ ਚਾਹੁੰਦਾ, which is your mind, your emotions and your personality. ਮੈਂ ਸਿਰਫ ਤੁਹਾਨੂੰ ਇੱਕ ਗੱਲ ਦੱਸਣਾ ਚਾਹੁੰਦਾ ਹਾਂ ਆਸਾਨੀ ਦੇ ਨਾਲ, ਜਿੱਦਾਂ ਪਾਸਟਰ ਜੀ ਕਹਿ ਰਹੇ ਆ ਕਿ ਜਿੰਨੇ ਵੀ ਆਪਾਂ ਲੋਕ ਇੱਥੇ ਬੈਠੇ ਆ ਜਿੰਨੇ ਵੀ ਆ ਪਰਿਵਾਰ ਕੋਈ ਨਹੀਂ ਕਿਹਨਾਂ ਨੂੰ ਨਹੀਂ ਸਾਨੂੰ ਨਹੀਂ ਪੜ੍ਹ ਤੇ ਪਾਸਟਰ ਜੀ ਕਹਿ ਰਹੇ ਆ ਜਿਸ ਤਰ੍ਹਾਂ ਸਮਝਾਉਣਾ ਚਾਹੁੰਦੇ ਆ ਕਿ ਅਸੀਂ ਦੇਖਦੇ ਆ ਸਿਰਫ ਬਾਹਰਲੀ ਬੋਡੀ, ਆਪਾਂ ਬੋਡੀ ਦੇਖਦੇ ਆ ਪਰ ਬੋਡੀ ਕੁਛ ਨਹੀਂ ਆ, ਬੋਡੀ ਕੁਛ ਨਹੀਂ ਆ, ਕਿਸੇ ਦੀ ਵੀ ਬੋਡੀ ਕੁਛ ਨਹੀਂ ਆ, ਜਿਹੜੀ ਸਾਡੇ ਅੰਦਰ ਆ ਨਾ ਜਿਹੜਾ ਸਾਡਾ ਸਾਹ ਸੱਤ ਆ, ਸਾਹ ਸੱਤ ਨਿਕਲ ਜਾਏਗਾ ਤੇ ਆਪਣੀ ਬੋਡੀ ਕਿਸੇ ਕੰਮ ਦੀ ਨਹੀਂ, ਸਾਰਿਆਂ ਦੀ ਸਾਹ ਸੱਤ ਕਦੀ ਨਹੀਂ ਮਰਦਾ, ਇਹ ਚਲਾ ਜਾਂਦਾ ਸਾਡੇ ਕੋਲੋਂ, ਜਿੰਨਾ ਆਪਾਂ ਕਹਿੰਦੇ ਆ ਨਾ ਕਿ ਸਾਡੀ ਜਾਨ ਆ ਜਿਹੜੀ ਉਹ ਜਾਨ ਆਪਣੇ ਚੋਂ ਨਿਕਲ ਜਾਂਦੀ ਆ ਪਰ ਉਹ ਕਦੀ ਮਰਦੀ ਨਹੀਂ ਆ, ਉਹ ਨਿਕਲ ਜਾਂਦੀ। ਮਰਦਾ ਕੌਣ ਆ? ਮਰਦਾ ਸਾਡਾ ਸਰੀਰ ਆ। ਆਮੀਨ ਆਮੀਨ। ਸਮਝ ਲੱਗੀ? ਸੋ ਯੋਰ ਸੋਲ ਵਿਲ ਲਿਵ ਫੋਰਐਵਰ ਐਂਡ ਐਵਰ ਐਂਡ ਐਵਰ, ਤੁਹਾਡੀ ਜਿਹੜੀ ਜਾਨ, ਤੁਹਾਡੀ ਜਿਹੜੀ ਜਾਨ ਆ ਉਹ ਹਮੇਸ਼ਾ ਹਮੇਸ਼ਾ ਤੱਕ ਰਹੇਗੀ, ਉਹਦਾ ਕੋਈ ਐਂਡ ਨਹੀਂ ਹੈ, ਪਰ ਤੁਹਾਡੀ ਬੋਡੀ ਜ਼ਰੂਰ ਮਰ ਜਾਏਗੀ। ਐਂਡ देयर आर ओनली टू ਪਲੇਸਿਸ ਦੈਟ ਦ ਸੋਲ ਕੈਨ ਗੋ ਟੂ। ਤੇ ਮਰਨ ਤੋਂ ਬਾਅਦ ਜਦੋਂ ਸਾਡੀ ਬੋਡੀ ਮਰ ਜਾਂਦੀ, ਸਾਡਾ ਸਰੀਰ ਨੂੰ ਦਫਨਾਇਆ ਜਾਂਦਾ ਜਾਂ ਸਾੜਿਆ ਜਾਂਦਾ ਜੋ ਕੁਝ ਵੀ ਕੀਤਾ ਜਾਂਦਾ, ਸਾਡੀ ਜਿਹੜੀ ਸਰੀਰ ਆ ਉਹ ਮਿੱਟੀ ਵਿੱਚ ਮਿਲ ਜਾਂਦਾ, ਪਰ ਜਿਹੜਾ ਸਾਡੀ ਜਾਨ ਆ ਉਹ ਦੋ ਜਗ੍ਹਾ ਆ ਜਿੱਥੇ ਜਾਂਦੀ ਆ, ਜਾਂ ਇੱਕ ਜਗ੍ਹਾ ਤੇ ਜਾਂਦੀ ਤਾਂ ਦੂਸਰੀ ਜਗ੍ਹਾ ਤੇ ਹੋਰ ਕਿਤੇ ਨਹੀਂ ਜਾਂਦੀ। ਵਨ ਇਜ਼ ਹੈਲ, ਇੱਕ ਹੈਗੀ ਨਰਕ, ਵਿਚ ਇਜ਼ ਕ੍ਰੀਏਟਡ ਫੋਰ Satan and his evil angels, jehdi ki shaitan layi banayi gayi hai, and God's desire is not for anyone to go there, te khuda nahi kehnda ki kise di vi jaan utthe jaave, but out of disobedience, out of rejection, and people don't want God, they choose to go there, par kyunki oh khudavan nu apni zindagi vich qabool nahi karde, ida matlab ki oh narak de vich chale jande. God doesn't have any joy to see people going to hell, khudavan ye sunsi nahi chahunde ya ki tusi narak vich jao. But moreover it says, for God loved the world so much that he gave his only begotten son, so that whoever believes in him will not perish but shall have everlasting par jinne life, jehde khudavan yesu masih nu iman de naal vishwas karke ohde te vishwas karde aa ta oh narak vich nahi jaange balki swarg vich jaange,
ਤੁਹਾਨੂੰ ਦੱਸਿਆ ਸੀਗਾ ਦੋ ਜਗ੍ਹਾ, ਇੱਕ ਨਰਕ ਅਤੇ ਸਵਰਗ। ਜੇ ਯਿਸੂ ਮਸੀਹ ਵਿੱਚ ਵਿਸ਼ਵਾਸ ਕਰੋਗੇ ਤਾਂ ਸਵਰਗ ਵਿੱਚ ਜਾਓਗੇ, ਜੇ ਯਿਸੂ ਮਸੀਹ ਵਿੱਚ ਨਹੀਂ ਵਿਸ਼ਵਾਸ ਕਰੋਗੇ ਤਾਂ ਨਰਕ 'ਚ ਜਾਓਗੇ। ਸੋ ਯੂ ਹੈਵ ਦੈਟ ਡਿਸੀਜਨ ਇਨ ਯੋਰ ਹੈਂਡ। ਫੈਸਲਾ ਸਾਡੇ ਸਾਰਿਆਂ ਦੇ ਹੱਥ ਵਿੱਚ ਆ, ਮੇਰੇ ਹੱਥ ਵਿੱਚ ਮੇਰਾ ਫੈਸਲਾ, ਇਹਨਾਂ ਦੇ ਹੱਥ ਵਿੱਚ ਇਹਨਾਂ ਦਾ ਫੈਸਲਾ, ਤੁਹਾਡੇ ਹੱਥ ਵਿੱਚ ਤੁਹਾਡਾ ਫੈਸਲਾ। ਇਟਸ ਯੋਰ ਪਰਸਨਲ ਡਿਸੀਜਨ, ਇਹ ਤੁਹਾਡਾ ਵਿਅਕਤੀਗਤ ਫੈਸਲਾ, ਤੁਸੀਂ ਕੀ ਕਰਨਾ ਜਾਂ ਕੀ ਨਹੀਂ ਕਰਨਾ। ਆਈ ਮੇਡ ਦ ਡਿਸੀਜਨ ਵੈਨ ਆਈ ਵਾਸ 10 ਇਅਰਸ ਓਲਡ। ਮੈਂ ਇਹ ਡਿਸੀਜਨ ਲਿਆ ਸੀ, ਮੈਂ ਇਹ ਫੈਸਲਾ ਲਿਆ ਸੀ ਜਦੋਂ ਮੈਂ 10 ਸਾਲ ਦਾ ਸੀ। ਮੈਨੀ ਅਦਰਸ ਹੂ ਆਰ ਹੇਅਰ ਹੈਵ ਮੇਡ देयर ਓਨ ਡਿਸੀਜਨਸ ਐਟ ਸਮ ਅਦਰ ਪੁਆਇੰਟ ਇਨ ਟਾਈਮ ਇਨ देयर ਲਾਈਫ। ਜਦੋਂ ਵੀ ਜਿੰਨੇ ਵੀ ਇੱਥੇ ਲੋਕ ਬੈਠੇ ਆ, ਕਦੀ ਨਾ ਕਦੀ ਜਿੰਨੇ ਵੀ ਇੱਥੇ ਮਸੀਹ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਕਬੂਲ ਕੀਤਾ ਹੋਇਆ, ਉਹਨਾਂ ਨੇ ਕਿਸੇ ਨਾ ਕਿਸੇ ਟਾਈਮ ਵਾਸਤੇ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ 'ਚ ਕਬੂਲ ਕੀਤਾ, ਕਿਸੇ ਨੇ 10 ਸਾਲ, ਕਿਸੇ ਨੇ 15 ਸਾਲ, ਕਿਸੇ ਨੇ 25 ਸਾਲ, ਬਟ ਦੀ ਅਦਰਸ ਹੂ ਹੈਵ ਨੈਵਰ ਐਵਰ ਟੇਸਟਡ ਦ ਲਾਰਡ। ਪਰ ਜਿੰਨੇ ਵੀ ਲੋਕ ਅੱਜ ਇੱਥੇ ਬੈਠੇ ਹੋਏ ਆ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਕਦੀ ਆਪਣੀ ਜ਼ਿੰਦਗੀ 'ਚ ਕਬੂਲ ਨਹੀਂ ਕੀਤਾ, ਟੁਡੇ ਇਜ਼ ਐਨ ਓਪਰਚੁਨਿਟੀ ਐਂਡ ਅ ਗੋਲਡਨ ਓਪਰਚੁਨਿਟੀ ਫੋਰ ਯੂ ਟੂ ਓਪਨ ਯੋਰ ਹਾਰਟ। ਅੱਜ ਤੁਹਾਡੇ ਸਾਰਿਆਂ ਕੋਲ ਮੌਕਾ ਹੈ ਕਿ ਤੁਸੀਂ ਆਪਣੀ ਜ਼ਿੰਦਗੀ ਨੂੰ ਯਿਸੂ ਮਸੀਹ ਦੇ ਲਈ ਖੋਲ ਸਕਦੇ ਹੋ, ਆਪਣੇ ਦਿਲਾਂ ਨੂੰ ਯਿਸੂ ਮਸੀਹ ਲਈ ਖੋਲ ਸਕਦੇ ਹੋ ਤੇ ਉਹਨੂੰ ਆਪਣੀ ਜ਼ਿੰਦਗੀ ਵਿੱਚ ਅਪਣਾ ਸਕਦੇ ਹੋ। ਹਾਲੇਲੂਯਾ, ਹਾਲੇਲੂਯਾ। ਆਮ ਗੋਇੰ ਟੂ ਆਸਕ ਪਾਸਟਰ ਇਫ ਹੀ ਇਜ਼ ਓਕੇ ਟੂ ਜਸਟ ਪਲੇ ਇਨ ਦ ਬੈਕਗ੍ਰਾਉਂਡ। ਕਿਰਪਾ ਕਰਕੇ ਪਾਸਟਰ ਜੀ ਕਹਿ ਰਹੇ ਆਪਣੇ ਕਦਮਾਂ ਤੇ ਖੜੇ ਹੋਵਾਂਗੇ ਸਾਰੇ। ਨੋ ਨੋ ਨੋਟ ਆਲ ਨੋਟ ਆਲ ਨੋਟ ਆਲ ਸਾਰੇ ਨਹੀਂ, 1 ਮਿੰਟ 1 ਮਿੰਟ ਨਾ ਅਨਾਊਂਸਮੈਂਟ ਦੁਬਾਰਾ ਕਰਾਂਗੇ। ਦੋਸ ਹੂ ਵਾਂਟ ਟੂ ਓਪਨ देयर ਹਾਰਟਸ ਟੂ ਜੀਸਸ। ਓਕੇ, ਰਾਧਾ ਦਾਸ ਕਹਿ ਰਿਹਾ ਕਿ ਉਹ ਲੋਕ ਜਿਨ੍ਹਾਂ ਨੇ ਯਿਸੂ ਮਸੀਹ ਨੂੰ ਕਬੂਲ ਨਹੀਂ ਕੀਤਾ ਅੱਜ ਤੱਕ ਤੇ ਜਿਹੜੇ ਕਰਨਾ ਚਾਹੁੰਦੇ ਆ ਆਪਣੇ ਫੈਸਲੇ ਦੇ ਮੁਤਾਬਿਕ, ਉਹ ਆਪਣੀ ਜਗ੍ਹਾ ਤੇ ਖੜੇ ਹੋ ਸਕਦੇ ਆ। ਯੈਸ, ਉਹ ਆਪਣੀ ਜਗ੍ਹਾ ਤੇ ਖੜੇ ਹੋ ਸਕਦੇ ਆ। ਟੁਡੇ ਇਜ਼ ਯੋਰ ਡੇ, ਅੱਜ ਤੁਹਾਡੇ ਫੈਸਲਾ ਕਰਨ ਦਾ ਦਿਨ ਹੈ। ਡੋਨਟ ਲੁੱਕ ਐਟ ਈਚ ਅਦਰ, ਕੋਈ ਵੀ ਇਧਰ ਉਧਰ ਆਪਣੇ ਇਧਰ ਉਧਰ ਨਾ ਦੇਖੇ ਕਿ ਮੇਰਾ ਗਵਾਂਢੀ ਕੀ ਕਰ ਰਿਹਾ ਜਾਂ ਇਹ ਕੋਈ ਵੈਨ ਯੂ ਸਟੈਂਡ ਬਿਫੋਰ ਗੋਡ ਔਨ ਦ ਜਜਮੈਂਟ ਡੇ। ਕਿਉਂਕਿ ਜਦੋਂ ਯਿਸੂ ਮਸੀਹ ਨੇ ਦੁਬਾਰਾ ਆਉਣਾ ਹਿਸਾਬ ਕਰਨ, ਉਹਨਾਂ ਨੇ ਇੱਧਰ ਉੱਧਰ ਨਹੀਂ ਦੇਖਣਾ, ਉਹਨਾਂ ਨੇ ਗੁਆਂਢੀਆਂ ਨੂੰ ਦੇਖਣਾ, ਤੁਹਾਡੇ ਮੋਮ ਡੈਡ ਵੱਲ ਨਹੀਂ ਦੇਖਣਾ ਕਿ ਤੁਹਾਡੀ ਮੰਮੀ ਡੈਡੀ ਨੇ ਕੀਤਾ, ਭੈਣ ਭਰਾ ਨੇ ਕੀ ਕੀਤਾ, ਚਾਚੀ ਤਾਏ ਨੇ ਕੀਤਾ, ਉਹਨੇ ਕਹਿਣਾ ਤੂੰ ਦੱਸ ਕੀ ਕੀਤਾ। ਆਮੇਨ। ਸੋ ਯੂ ਸਟੈਂਡ ਬਿਫੋਰ ਗੋਡ ਐਂਡ ਗੋਡ ਵਿਲ ਰਿਮੈਂਬਰ ਦਿਸ ਡੇ ਦੈਟ ਯੂ ਓਪਨ ਯੋਰ ਹਾਰਟ, ਬਟ ਟੁਡੇ ਇਫ ਯੂ ਡੋਨਟ ਓਪਨ ਯੋਰ ਹਾਰਟ ਦੈਨ ਇਟਸ ਗੋਇੰ ਟੂ ਬੀ ਡਿਫਰੈਂਟ ਸਟੋਰੀ। ਤੇ ਜਦੋਂ ਖੁਦਾਵੰਦ ਯਿਸੂ ਮਸੀਹ ਆਏਗਾ ਬਦਲਾਂ ਤੇ, ਤਾਂ ਉਹ ਦਿਨ ਨੂੰ ਜ਼ਰੂਰ ਯਾਦ ਰੱਖੇਗਾ ਕਿ ਅੱਜ ਦੇ ਦਿਨ ਤੁਸੀਂ ਉਹਨੂੰ ਯਾਦ ਕੀਤਾ ਸੀ, ਉਹਨੂੰ ਆਪਣੀ ਜ਼ਿੰਦਗੀ ਵਿੱਚ ਬੁਲਾਇਆ ਸੀਗਾ, ਤੇ ਉਹ ਕਦੀ ਵੀ ਤੁਹਾਨੂੰ ਨਰਕ ਦੇ ਵਿੱਚ ਨਹੀਂ ਜਾਣ ਦੇਗਾ। Amen. So we want to give you the opportunity. We will pray with you. As you stand, then we will pray with you. ਅਸੀਂ ਚਾਹੁੰਦੇ ਹਾਂ ਕਿ ਜੇ ਕੋਈ ਹੈ ਖੁਦਾਵੰਦ ਨੂੰ ਕਬੂਲ ਕਰਨਾ ਚਾਹੁੰਦਾ ਹੈ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਖੁਦਾਵੰਦ ਨੂੰ ਕਬੂਲ ਕਰੋ ਤਾਂ ਜੋ ਤੁਹਾਨੂੰ ਹਮੇਸ਼ਾ ਦੀ ਜ਼ਿੰਦਗੀ ਮਿਲੇ, ਤਾਂ ਉਹ ਆਪਣੀ ਜਗ੍ਹਾ ਤੇ ਖੜੇ ਹੋ ਸਕਦੇ ਹੋ। Amen. Amen. Hallelujah. Just play pastor. Just stand. I know there are people who want to stand, but ਦਾਸ ਕਹਿੰਦਾ ਕਿ ਮੈਨੂੰ ਪਤਾ ਹੈ ਕਿ ਇੱਥੇ ਲੋਕ ਹੈ ਜਿਹੜੇ ਖੜੇ ਹੋਣਾ ਚਾਹੁੰਦੇ ਆ, ਜਿਹੜੇ ਖੁਦਾਵੰਦ ਯਿਸੂ ਮਸੀਹ ਨੂੰ ਆਪਣੀ ਜ਼ਿੰਦਗੀ 'ਚ ਕਬੂਲ ਕਰਨਾ ਚਾਹੁੰਦੇ ਆ। ਆਈ ਨੋ ਵੈਨ ਵਨ ਸਟੈਂਡਸ ਦੇ ਅਦਰਸ ਵਿਲ ਸਟੈਂਡ, ਤੇ ਮੈਨੂੰ ਪਤਾ ਜਦੋਂ ਇੱਕ ਖੜਾ ਹੋਏਗਾ ਤੇ ਹੋਰ ਵੀ ਖੜੇ ਹੋਣਗੇ, ਕਿਉਂਕਿ ਸਾਨੂੰ ਪਤਾ ਇਸ ਤਰ੍ਹਾਂ ਹੀ ਕਰਦੇ ਲੋਕ। ਦਿਸ ਇਜ਼ ਵੈਰੀ ਨੋਰਮਲ, ਇਸ ਤਰ੍ਹਾਂ ਹੀ ਹੁੰਦਾ ਹੈ। ਹਾਲੇਲੂਯਾ। ਪਰ ਜੇ ਕੋਈ ਖੜਾ ਹੈ ਹੋਣਾ ਚਾਹੁੰਦਾ ਤਾਂ ਪਲੀਜ਼, ਅਸੀਂ ਕਿਸੇ ਨੂੰ ਫੋਰਸ ਨਹੀਂ ਕਰਦੇ, ਅਸੀਂ ਫੋਰ ਐਵਰੀਵਨ, ਅਸੀਂ ਸਿਰਫ ਖੁਸ਼ਖਬਰੀ ਲੈ ਕੇ ਆਏ। ਇਨਵੀਟੇਸ਼ਨ ਇਜ਼ ਫॉर एवरीवन, ਇਹ ਜਿਹੜਾ ਇਸ਼ਤਿਹਾਰ ਹੈ ਸਾਰਿਆਂ ਦੇ ਵਾਸਤੇ ਇਨਵੀਟੇਸ਼ਨ, ਤੁਸੀਂ ਖੜੇ ਹੋ ਸਕਦੇ। ਹਾਲੇਲੂਯਾ। Now it's going to start, we know that. Hallelujah, thank you Lord. ਜਿਹੜੇ ਉਹ ਰੱਬ ਨੂੰ ਮੰਨਣਾ ਚਾਹੁੰਦੇ ਨੇ ਬਸ ਗੱਲ ਪੰਜਾਬੀ ਦੇ ਵਿੱਚ। ਹਾਲੇਲੂਯਾ। ਜਿਹੜੇ ਉਹ ਰੱਬ ਨੂੰ ਮੰਨਣਾ ਚਾਹੁੰਦੇ ਆ, ਖੁਦਾ ਨੂੰ ਮੰਨਣਾ ਚਾਹੁੰਦੇ ਆ, ਇੱਥੇ ਕੋਈ ਮਤਲਬ ਕਿ ਏਦਾਂ ਕੋਈ ਧੱਕੇ ਵਾਲਾ ਕੰਮ ਕੋਈ ਨਹੀਂ। ਜਿਹਦੇ ਮਨ ਵਿੱਚ ਆ ਕਿ ਅਸੀਂ ਰੱਬ ਦੀ ਬੰਦਗੀ ਕਰੀਏ, ਉਹਦੇ ਨਾਲ ਜੁੜੇ ਰਹੀਏ, ਉਹੀ ਖੜੇ ਹੋਈਏ। ਜਿਹੜਾ ਕਹੇ ਨਾ ਮੈਂ ਰੱਬ ਨਾਲ ਬੰਦਗੀ ਕਰਨੀ ਹੀ ਨਹੀਂ, ਉਹ ਪਤਾ ਹੀ ਬੈਠੇ ਰਹਿਣੀ ਨਵਿਆਂ ਦੇ ਵਿੱਚ। ਹਾਲੇਲੂਯਾ। ਹਾਂਜੀ, ਹਾਲੇਲੂਯਾ। ਐਨੀ ਮੋਰ, ਡੋਨਟ ਫੀਲ ਸ਼ਾਇ ਐਨੀ ਮੋਰ, ਸ਼ਰਮਾਓ ਨਾ। ਪਾਸਟਰ ਜੀ ਕਹਿ ਰਹੇ ਜੀਸਸ, ਸ਼ਰਮਾਉਣ ਦੀ ਕੋਈ ਲੋੜ ਨਹੀਂ। ਜੇ ਖੁਦਾਵੰਦ ਯਿਸੂ ਮਸੀਹ ਨੂੰ ਕਬੂਲ ਕਰਨਾ, ਹਮੇਸ਼ਾ ਦੀ ਜ਼ਿੰਦਗੀ ਲੈਣੀ ਆ, ਦੇਖੋ ਦੋ ਆਪਸ਼ਨ ਦਾ ਤੁਹਾਡੇ ਸਾਹਮਣੇ ਆ। ਅਸੀਂ ਫੋਰ ਦੱਸ ਸਕਦੇ ਹਾਂ ਕਿ ਹੈ ਕੀ ਆ, ਇੱਕ ਹੈਗੀ ਜ਼ਿੰਦਗੀ, ਇੱਕ ਹੈਗੀ ਮੌਤ। ਮੈਨੂੰ ਕੋਈ ਪੁੱਛੇਗਾ ਕਿ ਜ਼ਿੰਦਗੀ ਲਊਂਗੇ ਕਿ ਮੌਤ ਲਊਂਗੇ, ਮੈਂ ਕਹੂੰ ਮੈਂ ਜ਼ਿੰਦਗੀ ਲਊਂਗਾ, ਮੈਂ ਨਹੀਂ ਕਹੂੰਗਾ ਮੈਂ ਮੌਤ ਲਊਂਗਾ। ਤਾਂ ਖੁਦਾਵੰਦ ਯਿਸੂ ਮਸੀਹ ਜ਼ਿੰਦਗੀ ਦੇਣ ਲਈ ਇਸ ਦੁਨੀਆਂ 'ਤੇ ਆਏ ਆ। ਜੇ ਤੁਸੀਂ ਜ਼ਿੰਦਗੀ ਲੈਣਾ ਚਾਹੁੰਦੇ ਹੋ ਤਾਂ ਕਿਰਪਾ ਕਰਕੇ
ਇਸ ਦੁਆ ਨੂੰ ਜਿਹੜੀ ਅਸੀਂ ਕਰਨ ਲੱਗੇ ਆ ਭਾਈ ਮੌਤ ਕਿਹਨੂੰ ਚਾਹੀਦੀ ਆ ਹੱਥ ਖੜੇ ਕਰੀਏ ਹੱਥ ਖੜੇ ਕਰੀਏ ਕਿਹਨੂੰ ਮੌਤ ਚਾਹੀਦੀ ਆ ਹਾਂਜੀ ਹੱਥ ਖੜੇ ਕਰੀਏ ਕਿਹਨੂੰ ਮੌਤ ਚਾਹੀਦੀ ਆ ਹਾਂਜੀ ਕਿਹਨੂੰ ਚਾਹੀਦੀ ਆ ਮੌਤ ਹੱਥ ਖੜੇ ਕਰੀਏ ਮੌਤ ਚਾਹੀਦੀ ਆ ਮਿਲੋਗੇ ਜ਼ਰੂਰ ਹਾਂਜੀ ਹੋਰ ਚਾਹੀਦੀ ਕਿਸੇ ਨੂੰ ਹਾਂਜੀ ਜ਼ਿੰਦਗੀ ਕਿਹਨੂੰ ਚਾਹੀਦੀ ਆ ਜ਼ਿੰਦਗੀ ਜ਼ਿੰਦਗੀ ਚਾਹੀਦੀ ਹੈ ਨਾ ਜ਼ਿੰਦਗੀ ਚਾਹੀਦੀ ਹੈ ਜ਼ਿੰਦਗੀ ਚਾਹੀਏ ਤਾਂ ਕਿਉਂ ਹਾਂ ਕਿਉਂ ਬੈਠੇ ਰਹੇ ਜੇ ਜ਼ਿੰਦਗੀ ਚਾਹੀਦੀ ਹੈ ਤਾਂ ਖੜੇ ਹੋ ਜ਼ਿੰਦਗੀ ਚਾਹੀਦੀ ਹੈ ਹਾਂ ਜ਼ਿੰਦਗੀ ਜਿਹਨੂੰ ਚਾਹੀਦੀ ਹੈ ਜ਼ਿੰਦਗੀ ਵੀ ਜਿਉਂਦੇ ਰਹੀਏ ਸਦਾ ਤਾਈ ਜਿਉਂਦੇ ਰਹੀਏ ਮਰਨ ਤੋਂ ਬਾਅਦ ਵੀ ਜਿਉਂਦੇ ਰਹੀਏ ਉਹੀ ਖੜੇ ਰਹਿਣ ਆਪਾਂ ਸਰੀਰ ਦੀ ਨੀ ਗੱਲ ਕਰਦੇ ਪਏ ਸਰੀਰ ਇੱਥੇ ਬੈਠਾ ਹੈ ਸਰੀਰ ਦੀ ਨੀ ਗੱਲ ਕਰਦੇ ਜਾਨ ਦੀ ਗੱਲ ਕਰਦੇ ਆ ਜਾਨ ਨੇ ਨੀ ਮਰਨਾ ਪੰਜਾਬੀ ਸਮਝਾਉਣਾ ਪੈਂਦਾ ਜੀ ਮੈਂ ਵੀ ਪੰਜਾਬੀ ਬੋਲਦਾ ਆਮੇਨ ਓਕੇ ਲਾਸਟ ਓਪਰਚੁਨਿਟੀ ਬਿਫੋਰ ਵੀ ਪ੍ਰੇ ਇਸ ਤੋਂ ਪਹਿਲਾਂ ਕਿ ਅਸੀਂ ਹੁਣ ਦੁਬਾਰਾ ਨੀ ਕਹਿਣਾ ਅਸੀਂ ਲਾਸਟ ਓਪਰਚੁਨਿਟੀ ਲਾਸਟ ਤੁਹਾਨੂੰ ਕਹਿ ਰਹੇ ਕਿ ਜਿਹਨੇ ਖੜਾ ਹੋਣਾ ਖੜੇ ਹੋਵੇ ਉਸ ਤੋਂ ਬਾਅਦ ਅਸੀਂ ਦੁਆ ਸਟਾਰਟ ਕਰਨੀ ਡੋਂਟ ਮਿਸ ਦਿਸ ਗੋਲਡਨ ਚਾਂਸ ਤੇ ਇਸ ਚਾਂਸ ਨੂੰ ਮਿਸ ਨਾ ਕਰੋ ਜੇ ਅੱਜ ਹੈ ਪਤਾ ਨਹੀਂ ਕੱਲ ਕਿਹਨੇ ਹੈਣਾ ਕਹਿਣੇ ਨਹੀਂ ਹੋਣਾ ਸਾਨੂੰ ਕੁਛ ਨਹੀਂ ਪਤਾ ਵੀ ਜਦੋਂ ਇਹ ਸਿਰਫ ਫੈਸਲਾ ਉਦੋਂ ਹੀ ਲਿਆ ਜਾ ਸਕਦਾ ਜਦੋਂ ਅਸੀਂ ਜੀਂਦੇ ਹਾਂ ਜਦੋਂ ਇੱਕ ਵਾਰੀ ਮਰ ਗਏ ਉਸ ਤੋਂ ਬਾਅਦ ਕੋਈ ਫੈਸਲਾ ਨਹੀਂ ਹੋਣਾ ਤੇ ਜੇ ਕੋਈ ਫੈਸਲਾ ਲੈਣਾ ਚਾਹੁੰਦਾ ਆ ਭਾਵੇਂ 60 ਸਾਲ ਦਾ ਭਾਵੇਂ 70 ਸਾਲ ਦਾ ਭਾਵੇਂ 5 ਸਾਲ ਦਾ ਭਾਵੇਂ 25 ਸਾਲ ਦਾ ਕੋਈ ਵੀ ਹੈਗਾ ਉਹ ਖੜਾ ਹੋ ਸਕਦਾ ਆਮੇਨ ਆਈ ਕੈਨ ਸੀ ਸਮ ਫੇਸ ਦੇ ਵਾਂਟ ਟੂ ਸਟੈਂਡ ਬਟ ਇਧਰ ਉਧਰ ਨਹੀਂ ਪੁੱਛਣਾ ਯੈਸ ਸਹੀ ਮੈਨੇ ਵੀ ਵੋਇਸ ਦੇਖਾ ਹਾਂ ਭੈਣੇ ਆ ਤੇਰੀ ਚੁੰਨੀ ਕਿੰਨੇ ਦੀ ਆਈ ਆ ਮੈਂ ਵੀ ਲੈਣੀ ਆ ਇਹ ਉਹ ਚੀਜ਼ ਨਹੀਂ ਹੁੰਦੀ ਭਾਈ ਉਹ ਚੀਜ਼ ਨਹੀਂ ਹੈ ਜ਼ਿੰਦਗੀ ਇਹ ਜ਼ਿੰਦਗੀ ਦਾ ਸਵਾਲ ਹੈ ਲੈਟ ਪਾਸਟ ਵਨ ਗੋ ਅਰਾਊਂਡ ਐਂਡ ਮੇਬੀ ਹੈਲਪ देम ਬਿਕੋਜ਼ ਆਈ ਥਿੰਕ ਦੇ ਆਰ ਸੱਤ ਸੰਗ ਸੱਤ ਸੰਗ ਸੱਤ ਸੰਗ ਸਮਝ ਲਿਆ ਗੋ ਅਰਾਊਂਡ ਐਂਡ ਸੀ ਇਫ ਐਨੀਬਾਡੀ ਵਾਂਟਸ ਟੂ ਫਿਰ ਉਹ ਖੜਾ ਹੋਣਾ ਉਸਕੋ ਖੜਾ ਹੋਣਾ ਹੈ ਹਾਂ ਆ ਟੁੱਟਾ ਹੈ ਉਹ ਕਮ ਔਨ ਕਿਨੇ ਆ ਥਕੜਾ ਕੀਤਾ ਹੋਰ ਮਦਦ ਕਰੋ ਇਹਨਾਂ ਕਿਉਂਕਿ ਉਹ ਮਦਦ ਕਰੋ ਜਿਹਦਾ ਉੱਠ ਨਹੀਂ ਹੁੰਦਾ ਬਹੁਤ ਐਸ਼ ਮੇ ਬੈਠਾ ਹੋਇਆ ਨਾ ਖੜੇ ਨੇ ਉਸ ਖੜੇ ਹੋਣ ਦੇ ਨਾਲ ਕੁਛ ਨਹੀਂ ਹੋਣਾ ਜੀਵਨ ਬਦਲ ਦੇ ਨਾਲ ਹੋਣੀ ਖੜੇ ਹੋਣ ਦੇ ਨਾਲ ਹੀ ਕੁਛ ਹੋਣਾ ਪਰ ਇਹ ਸਿਰਫ ਇਹ ਨਹੀਂ ਆਪਾਂ ਕਰਦੇ ਕਿ ਆਪਾਂ ਵੀ 5 ਖੜੇ ਕਰਤੇ ਕਿ 10 ਖੜੇ ਕੀਤੇ ਏਦਾਂ ਨਹੀਂ ਜਿਹੜੇ ਖੜੇ ਨਹੀਂ ਹੋ ਸਕਦੇ ਆਪਣਾ ਹੱਥ ਵੀ ਉੱਚਾ ਕਰ ਸਕਦੇ ਮੇਰੇ ਹੱਥ ਖੜੇ ਜਿਹੜੇ ਨਹੀਂ ਵੀ ਖੜੇ ਹੋ ਸਕਦੇ ਬਜ਼ੁਰਗ ਨਹੀਂ ਖੜੇ ਹੋ ਸਕਦੇ ਹੱਥ ਖੜਾ ਕਰ ਸਕਦੇ ਸਿਰਫ ਹੱਥ ਖੜਾ ਕਰ ਜ਼ਰੂਰੀ ਨਹੀਂ ਜਿਹਨੇ ਨਹੀਂ ਖੜਾ ਹੋਣਾ ਨਾ ਖੜੇ ਪਰ ਹੁਣ ਦੁਆ ਕਰਨੀ ਜਾ ਰਹੇ ਸਟਾਰਟ ਕਰ ਰਹੇ ਤੇ ਕਿਰਪਾ ਕਰਕੇ ਪਾਸਟਰ ਜੀ ਦੇ ਮਗਰ ਮਗਰ ਦੁਆ ਕਰਨਾ ਓਕੇ ਆਪਾਂ ਸਾਰੇ ਆਪਣੀਆਂ ਅੱਖਾਂ ਨੂੰ ਬੰਦ ਕਰਾਂਗੇ ਆਪਣੇ ਸਾਰੇ ਅੱਖਾਂ ਨੂੰ ਬੰਦ ਕਰ ਕੋਈ ਵੀ ਆਪਣੇ ਇੱਧਰ ਉੱਧਰ ਨਾ ਦੇਖੇ ਆਪਣਾ ਧਿਆਨ ਖੁਦਾ ਬਣੀ ਇਸ ਮੁਸੀਬਤ ਵੱਲ ਲਗਾਓ ਕਿਉਂਕਿ ਇੱਕ ਬਹੁਤ ਵੱਡਾ ਡਿਸੀਜਨ ਅੱਜ ਤੁਸੀਂ ਆਪਣੀ ਜ਼ਿੰਦਗੀ ਵਿੱਚ ਲੈਣ ਜਾ ਰਹੇ ਹੋ ਤੁਸੀਂ ਮੌਤ ਨੂੰ ਛੱਡ ਕੇ ਜ਼ਿੰਦਗੀ ਦੇ ਕੋਲ ਜਾ ਰਹੇ ਹੋ ਹਾਲੇਲੂਇਆ ਜਿੰਨੇ ਵੀ ਲੋਕ ਖੜੇ ਆ ਜਿੰਨੇ ਵੀ ਯਸੂ ਮਸੀਹ ਨੂੰ ਕਬੂਲ ਕਰਨਾ ਚਾਹੁੰਦੇ ਆ ਉਹ ਮੇਰੇ ਮਗਰ ਮਗਰ ਬੋਲਣ ਤੇ ਬਾਕੀ ਜਿਨ੍ਹਾਂ ਨੇ ਕਬੂਲ ਕੀਤਾ ਹੋਇਆ ਜਾਂ ਉਹਨਾਂ ਨੂੰ ਹਲੇ ਨਹੀਂ ਪਤਾ ਜੋ ਕੁਛ ਵੀ ਆ ਉਹ ਕਿਰਪਾ ਕਰਕੇ ਆਪਣੀਆਂ ਅੱਖਾਂ ਬੰਦ ਰੱਖੋ ਜ਼ਿੰਦਗੀ ਵਿੱਚ ਮੇਰੇ ਪਿਤਾ ਪਰਮੇਸ਼ਵਰ ਤੇ ਆਦਿ ਸਾਰੇ ਮੇਰੇ ਮਗਰ ਬੋਲਣ ਐ ਖੁਦਾਵੰਦ ਯਸੂ ਕਿਰਪਾ ਕਰਕੇ ਥੋੜਾ ਉੱਚੀ ਬੋਲਣਾ ਐ ਖੁਦਾਵੰਦ ਯਸੂ ਮੈਂ ਮੰਨਦਾ ਹਾਂ ਮੈਂ ਆਪਣੀ ਜ਼ਿੰਦਗੀ ਵਿੱਚ ਉੱਚਾ ਬੋਲੋ ਨਾ ਥੋੜਾ ਜਿਹਾ ਉੱਚਾ ਬੋਲੋ ਮੈਂ ਬਹੁਤ ਗੁਨਾਹ ਕੀਤੇ ਨੇ ਅਤੇ ਮੈਂ ਇਹ ਵੀ ਮੰਨਦਾ ਹਾਂ ਕਿ ਤੁਹਾਡੇ ਬਗੈਰ